जस टीवी च एक बार फिर तुहाडा स्वागत करदा मैं के पी सिंह टू द पॉइंट लैके हाजिर हाँ तो रणजीत सिंह टटरियांवाला ये सिख प्रचारक ने पंथ प्रचारक ने इन्हां ते वार वार इल्जाम लगते रहे कि ये गुरमत प्रचार संबंधी गलत बयानियां करते हैं। एक बार फिर ये मामला पंच सिंह सिवाना की बैठक में विचारिया गया। श्री अकाल तख्त साहब के कार्यकारी जथेदार ने कहा कि जब तक टटरियांवाले आके माफ़ी नहीं मंगते अकाल तख्त साहब तो संगत है जां होर प्रबंधक है इन्हां दे समागम ना करवाउण, इन्हां दे वीडियो शेयर ना किए जाण, इहो जिहे उन्हां ने आदेश दित्ते आ। ते इउं लगता कि संगत इस पूरे मामले विच दुविधा च पै चुकी है। ते इउं इह वी लगता पिया कि रणजीत सिंह टटरियांवाला ने गलत बयानियां किहड़ियां कीतियां, उन्हां ते जथेदार साहब फैसला क्यों नहीं लै पा रहे। इउं वी लगता कि जिहड़े जथेदार साहब आ उह वी दुविधा च लगते पए आ। जदों रणजीत सिंह टटरियांवाले अड़ियल रवैया अपनाउण, सब कमेटी अगे पेश ना होण ते रिपोर्ट पेश कर दित्ती जावे, तो इउं लगता कि टटरियांवाले वी दुविधा विच आ गए। असी सवाल इक्को ही पुछना, टटरियांवाले ते किहड़ी दुविधा? श्री अकाल तख्त साहब के कार्यकारी जथेदार ज्ञानी हरप्रीत सिंह खरा ने टटरियांवाले ते क्या किया, पहला सुन लिए। भाई रणजीत सिंह टटरियांवाले वालों बोले कथना के संबंध में पड़ताल नहीं बनाई, विद्वाना की सब कमेटी की रिपोर्ट पुजी है जिस तो साबित होया कि इसने गुरमत प्रति कुछ गलत बयानियां कीतियां हन अते इन्हां कथना संबंधी स्पष्टीकरण देने तो भी इनकारी होया है। इस संबंधी श्री अकाल तख्त साहब विखे पंच सिंह साहिबान की कतरता विच विचार करन उपरंत फैसला होया कि गुरु ग्रंथ गुरु पंथ को समर्पित ते परंपरावां की राखी लिए वचनबद्ध देश विदेश दीआं सिख संगतां संस्थावां ते गुरद्वारा प्रबंधकां नूं आदेश कीता जांदा है कि जिन्ना चिर श्री अकाल तख्त साहिब ते अपनियां गलती बयानियां लई पेश हो के माफ़ी नहीं मंगदा उन्ना चीक इस दे समागम जिहड़े आ उह गुरद्वारे साहिबान दे विच ना करवाए जाण। जेकर कोई समागम करवाउंदा है तो उह अणसुखावीं घटना लई खुद जिम्मेवार होवेगा, ना इस नूं सुणिया जावे ते ना ही इस दीआं वीडियो आदि अगे शेयर कीतियां जाण। जे अजे वी पास ना आया तां इस ते सख्त तों सख्त कार्रवाई जिहड़ी उह कीती जाएगी। ਵੱਡਾ ਸਵਾਲ ਇੱਕੋ ਪੁੱਛਿਆ ਜਾਵੇਗਾ ਇਸ ਡਿਬੇਟ ਵਿੱਚ, ਵੱਡਾ ਸਵਾਲ ਇਹ ਪੁੱਛਿਆ ਜਾਵੇਗਾ ਟਟਰੀਆਂਵਾਲੇ ਤੋਂ ਮਾਫ਼ੀ ਮੰਗਾ ਕੇ ਸ਼੍ਰੀ ਅਕਾਲ ਤਖ਼ਤ ਸਾਹਿਬ ਜਥੇਦਾਰ ਕਿਹੜਾ ਹੱਲ ਕੱਢਣ ਚ ਲੱਗੇ? ਇਸ ਸਵਾਲ 'ਤੇ ਬਹਿਸ ਹੋਵੇਗੀ। ਪੈਨਲ ਸਾਡਾ ਮੌਜੂਦ ਹੈਗਾ, ਉਹਨਾਂ ਤੁਹਾਡਾ ਤਾਰਫ ਕਰਾ ਰਿਹਾ। ਗੁਰਤੇਜ ਸਿੰਘ IAS ਸਿੱਖ ਬੁੱਧੀਜੀਵੀ ਨੇ, ਗੁਰਚਰਨ ਸਿੰਘ ਗਰੇਵਾਲ SCPC ਨੁਮਾਇੰਦੇ ਹੈ, ਪ੍ਰੋਫੈਸਰ ਮਨਜੀਤ ਸਿੰਘ ਪੋਲੀਟੀਕਲ ਐਨਲਿਸਟ ਨੇ, ਤਿੰਨਾਂ ਮਹਿਮਾਨਾਂ ਦਾ ਬਹੁਤ ਸਵਾਗਤ ਕਰਦੇ ਹਾਂ ਸਰ। ਸਭ ਤੋਂ ਪਹਿਲਾ ਸਵਾਲ ਗਰੇਵਾਲ ਸਾਹਿਬ ਤੁਹਾਨੂੰ ਕਰਨਾ ਚਾਹੁੰਗਾ। ਗਰੇਵਾਲ ਸਾਹਿਬ, ਟਟਰੀਆਂਵਾਲੇ ਅਤੇ ਦੁਬਧਾ ਵਿੱਚੋਂ ਤੁਸੀਂ SCPC ਦੁਬਧਾ ਵਿੱਚ ਹੈ, ਜਥੇਦਾਰ ਸਾਹਿਬ ਦੁਬਧਾ ਵਿੱਚ ਹੈ, ਟੱਡੀਆਂ ਵਾਲੇ ਖੁਦ ਦੁਬਧਾ ਵਿੱਚ ਹੈ ਜਾਂ ਸੰਗਤ ਨੂੰ ਦੁਬਧਾ ਵਿੱਚ ਪਾ ਦਿੱਤਾ ਗਿਆ? ਗਰੇਵਾਲ ਸਾਹਿਬ ਦੇਖੋ KP ਜੀ, ਬਹੁਤ ਗੰਭੀਰ ਮਾਮਲਾ ਹੈ, ਗੁਰੂ ਸਾਹਿਬਾਨ ਦੇ ਸਤਿਕਾਰ ਨਾਲ ਜੁੜਿਆ ਮਾਮਲਾ, ਇਤਿਹਾਸ ਨੂੰ ਵਿਗਾੜਨ ਨਾਲ ਸੰਬੰਧਿਤ ਮਾਮਲਾ, ਗੁਰਸਥਾਨਾਂ ਦੇ ਨਾਲ ਉਹਨਾਂ ਨੂੰ ਤੋੜਨ ਦਾ ਮਾਮਲਾ ਤੇ ਗੁਰਬਾਣੀ ਨੂੰ ਤੋਤਾ ਰਟਨ ਕਹਿਣ ਦਾ ਮਾਮਲਾ, ਇਤਿਹਾਸ ਦੇ ਵਿੱਚ ਬੜੇ ਬੇਬਾਕ ਹੋ ਕੇ ਗੁਰੂ ਸਾਹਿਬਾਨ ਦੇ ਬਾਰੇ 'ਚ ਬਹੁਤ ਗਲਤ ਨਾ ਸੁਣ ਨਾ ਬਰਦਾਸ਼ਤ ਕਰਨ ਯੋਗ ਵਾਲੀਆਂ ਗੱਲਾਂ ਦਾ ਮਾਮਲਾ ਹੈ, ਇਹ ਐਡਾ ਛੋਟਾ ਮਾਮਲਾ ਨਹੀਂ। ਦੂਸਰੀ ਗੱਲ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਜਿਸ ਸੰਜਮ ਨਾਲ, ਜਿਸ ਸਹਿਜ ਨਾਲ, ਜਿਸ ਠਹਿਰਾਅ ਦੇ ਨਾਲ ਇਸ ਸਥਿਤੀ ਤੱਕ ਪਹੁੰਚੇ ਆ, ਇਹ ਵੀ ਆਪਣੇ ਆਪ ਦੇ ਵਿੱਚ ਬੜਾ ਇਤਿਹਾਸਿਕ ਫੈਸਲਾ ਹੈ। ਸੋ ਇਸ ਗੱਲ ਨੂੰ ਕੋਈ ਮੈਂ ਸਮਝਦਾ ਕਿ ਬੜੀ ਗੰਭੀਰਤਾ ਨਾਲ ਲਿਆ ਜਾਵੇ, ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਆਸਥਾ ਨਾਲ ਜੁੜਿਆ, ਸਿੱਖ ਦੀ ਭਾਵਨਾ ਨਾਲ ਜੁੜਿਆ ਮਸਲਾ, ਕਿਸੇ ਨੂੰ ਕੋਈ ਜਿਹੜਾ ਰਾਜਸੀ ਪਿੜ ਦੇ ਅੰਦਰ ਕੋਈ ਦੂਸ਼ਣਬਾਜ਼ੀ ਲਾਉਂਦਾ, ਕੋਈ ਊਣਤਾਈ ਕਰਦਾ, ਬਹੁਤ ਕੁਛ ਹੈ, ਸਭ ਕੁਝ ਬਰਦਾਸ਼ਤਯੋਗ ਹੈ, ਪਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਕਿੰਤੂ ਪਰੰਤੂ ਤੇ ਸਿੱਖ ਦੀ ਭਾਵਨਾਵਾਂ ਨੂੰ ਤੋੜਨ ਦੇ ਲਈ ਕੋਈ ਕੀਤੀ ਕਾਰਵਾਈ ਦਾ ਕਿਸੇ ਤਰ੍ਹਾਂ ਦਾ ਸਿੱਖ ਕਿਸੇ ਨੂੰ ਅਧਿਕਾਰ ਨਹੀਂ ਦਿੰਦਾ। ਇਸੇ ਗੱਲ ਨੂੰ ਲੈ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਅੱਜ ਇੱਥੇ ਅੰਤਮ ਚੇਤਾਵਨੀ ਦੇਣ ਦੀ ਗੱਲ ਕੀਤੀ ਆ, ਇਸ ਗੱਲ ਨੂੰ ਇਸ ਸੰਦਰਭ ਵਿੱਚ ਸਮਝਣਾ ਚਾਹੀਦਾ। ਗਰੇਵਾਲ ਸਾਹਿਬ, ਮੇਰਾ ਸਵਾਲ ਬੜਾ ਸਧਾਰਨ ਹੁੰਦਾ, ਗਰੇਵਾਲ ਸਾਹਿਬ ਮੈਂ ਤਾਂ ਸਵਾਲ ਇਹ ਕੀਤਾ, ਦੁਬਧਾ 'ਚ ਤੁਸੀਂ ਕੌਮ ਨੂੰ ਪਾਤਾ, ਸੰਗਤ ਨੂੰ ਪਾਤਾ, ਜਾਂ ਜਥੇਦਾਰ ਸਾਹਿਬ ਆਪ ਦੁਬਧਾ 'ਚ ਆ, ਜਾਂ ਰਣਜੀਤ ਸਿੰਘ ਟਟਰੀਆਂਵਾਲੇ ਦੁਬਧਾ 'ਚ? ਦੁਬਧਾ ਕਿਤੇ ਵੀ ਨਹੀਂ ਗਈ, ਦੱਸੋ ਕਿੱਥੇ ਦੁਬਧਾ ਕੌਮ ਦੇ ਅੰਦਰ? ਸਰ ਸੰਗਤ ਨੂੰ ਤੁਸੀਂ ਕਹਿਤਾ, ਸਰ ਜਥੇਦਾਰ ਸਾਹਿਬ ਨੇ ਸੰਗਤ ਨੂੰ ਕਿਹਾ ਕਿ ਇਹਨਾਂ ਦੇ ਸਮਾਗਮ ਨਾ ਦੇਖੇ ਜਾਣ, ਨਾ ਸ਼ੇਅਰ ਕੀਤੇ ਜਾਣ। ਸਰ ਹੁਣੇ YouTube ਆਨ ਕਰ ਲਓ, ਪ੍ਰੋਗਰਾਮ ਨਾ ਚੱਲਦਾ ਪਿਆ, ਪਰਮੇਸ਼ਰ ਦੁਆਰ ਨੂੰ ਤੁਸੀਂ ਗੁਰਦੁਆਰਾ ਸਾਹਿਬ ਮੰਨਦੇ ਹੋ ਜਾਂ ਨਹੀਂ ਮੰਨਦੇ? ਮੈਨੂੰ ਨਹੀਂ, ਮੇਰੀ ਸੁਣੋ ਇੱਕ ਮਿੰਟ ਗੱਲ, ਕਿ ਜੇ ਕਿਹਨੂੰ, ਜੇ ਆਪਣੇ ਆਪ ਨੂੰ ਕੋਈ ਸਿੱਖ ਪ੍ਰਚਾਰਕ ਕਹਿੰਦਾ ਤਾਂ ਉਹ ਸਿੱਖ ਪ੍ਰਚਾਰਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਟਿੱਪਣੀ ਕਰ ਸਕਦਾ, ਇਤਿਹਾਸ ਨੂੰ ਵਿਗਾੜ ਸਕਦਾ, ਦਰਬਾਰ ਸਾਹਿਬ ਜਿੱਥੇ ਸਭੇ ਥਾਮ ਨਹੀਂ ਤੋ ਜਿਹਾ ਤੇ ਕਿਨਾ ਆਪਦੀ ਕਿੰਤੂ ਪਰੰਤੂ ਕਰ ਸਕਦਾ?
ਸਰੋਵਰਾਂ ਤੇ ਕਰ ਸਕਦਾ ਉਸ ਦੇ ਬਾਰੇ ਜੇ ਅਕਾਲ ਤਖਤ ਸਾਹਿਬ ਕੋਈ ਫੈਸਲਾ ਨਹੀਂ ਲੈਂਦਾ ਤੇ ਇਹ ਦੁਬਦਾ ਕੋਈ ਨਹੀਂ ਗੀ ਇਹ ਮੈਂ ਤੁਹਾਨੂੰ ਇਹ ਬੇਨਤੀ ਕਰਨੀ ਚਾਹੁੰਦਾ ਹਾਂ ਕਿ ਇਹ ਅਕਾਲ ਤਖਤ ਸਾਹਿਬ ਬਹੁਤ ਮਹਾਨ ਹੈ ਇਸ ਅਕਾਲ ਤਖਤ ਦੇ ਨਾਲ ਮੱਥਾ ਲਾਉਣ ਵਾਲੇ ਬੜੇ ਬੜੇ ਗੁਆਚ ਕੇ ਲੱਭ ਨਹੀਂ ਰਹੇ ਉਹ ਭਾਵੇਂ ਸਾਡੇ ਵਿਰੋਧੀ ਕਿਉਂ ਨਾ ਹੋਣ ਜੇ ਕਿਸੇ ਨੇ ਇੱਥੇ ਟੈਂਕ ਤੋਂ ਵਿਚਾੜੇ ਉਹ ਵੀ ਹੈ ਨਹੀਂ ਤੇ ਜੇ ਕੋਈ ਸ਼ਬਦੀ ਵਾਰ ਨਾਲ ਅਕਾਲ ਤਖਤ ਨੂੰ ਚੈਲੰਜ ਕਰਦਾ ਉਹਨੇ ਵੀ ਨਹੀਂ ਰਹਿਣਾ ਮਾਫ਼ ਕਰਨਾ ਮੈਂ ਨਹੀਂ ਕਹਿ ਰਿਹਾ ਇਤਿਹਾਸ ਗਵਾਹ ਇਸ ਗੱਲ ਦਾ ਚਲੋ ਗਰੇਵਾਲ ਸਾਹਿਬ ਮੈਂ ਵਾਪਸ ਆਊਂਗਾ ਤੁਹਾਡੇ ਕੋਲ ਗੁਰਤੇਜ ਸਿੰਘ ਜੀ ਸਰ ਮੇਰਾ ਸਵਾਲ ਬੜਾ ਸਧਾਰਨ ਹੈ ਦੁਬਦਾ ਚ ਕੌਣ ਹੈ ਸਭ ਤੋਂ ਪਹਿਲਾਂ ਤਾਂ ਦੁਬਦਾ ਦੇ ਵਿੱਚ ਤਹਿਸੀਲਦਾਰ ਹਰਪ੍ਰੀਤ ਸਿੰਘ ਹੈ ਕੋਈ ਵੀ ਐਸਾ ਉਹਨਾਂ ਨੇ ਇੰਸੀਡੈਂਟ ਨਹੀਂ ਕੋਟ ਕੀਤਾ ਜਿਹਦੇ ਵਿੱਚ ਪਤਾ ਲੱਗੇ ਕਿ ਢੱਡਰੀਆਂ ਵਾਲੇ ਨੇ ਕੋਈ ਸਿੱਖੀ ਦੇ ਬਰਖਿਲਾਫ ਜਾਂ ਕਿਸੇ ਗੁਰੂ ਗ੍ਰੰਥ ਸਾਹਿਬ ਦੇ ਬਰਖਿਲਾਫ ਕੋਈ ਇਸ ਤਰ੍ਹਾਂ ਦਾ ਪ੍ਰਚਾਰ ਕੀਤਾ ਸਰ ਉਹਨਾਂ ਨੇ ਕਿਹਾ ਜਥੇਦਾਰ ਸਾਹਿਬ ਨੇ ਗੁਰਤੇਜ ਸਿੰਘ ਜੀ ਉਹਨਾਂ ਨੇ ਕਿਹਾ ਕਿ ਜਿਹੜੀ ਰਿਪੋਰਟ ਸਾਡੇ ਕੋਲ ਆਈ ਹੈ ਉਸ ਰਿਪੋਰਟ ਦੇ ਮੁਤਾਬਕ ਢੱਡਰੀਆਂ ਵਾਲਿਆਂ ਨੇ ਗਲਤ ਬਿਆਨੀਆਂ ਕੀਤੀਆਂ ਗੁਰਮਤਿ ਪ੍ਰਚਾਰ ਬਾਰੇ ਹਾਂ ਇਸ ਤਰ੍ਹਾਂ ਦੀਆਂ ਰਿਪੋਰਟਾਂ ਇਹਨਾਂ ਕੋਲ ਪਹਿਲਾਂ ਪ੍ਰੋਫੈਸਰ ਦਰਸ਼ਨ ਸਿੰਘ ਦੇ ਬਾਰੇ ਵੀ ਆਈਆਂ ਸਨ ਔਰ ਜਦੋਂ ਉਹਨਾਂ ਨੂੰ ਐਗਜ਼ਾਮਿਨ ਕੀਤਾ ਗਿਆ ਸੀਗਾ ਦੂਸਰੇ ਲੋਕਾਂ ਵੱਲੋਂ ਤਾਂ ਪਾਇਆ ਗਿਆ ਸੀ ਕਿ ਸਾਰੀਆਂ ਗਲਤ ਸਨ ਔਰ ਉਹਨਾਂ ਨੂੰ ਗਲਤ ਬਿਨਾਂ ਦੇ ਉੱਤੇ ਚੇਕਿਆ ਗਿਆ ਅਤੇ ਕੌਮ ਦਾ ਵੱਡਾ ਨੁਕਸਾਨ ਕੀਤਾ ਗਿਆ ਉਹਨਾਂ ਦਾ ਪ੍ਰਚਾਰ ਬੰਦ ਕੀਤਾ ਗਿਆ ਫਿਰ ਉਹਨਾਂ ਦਾ ਪ੍ਰਚਾਰ ਬੰਦ ਕਰਨ ਵਾਸਤੇ ਇਹਨਾਂ ਨੇ ਕਈ ਡੀਸੀਜ਼ ਨੂੰ ਅਤੇ SSPs ਨੂੰ ਵੀ ਚਿੱਠੀਆਂ ਲਿਖੀਆਂ ਇਸ ਤਰ੍ਹਾਂ ਦਾ ਕੰਮ ਇਹ ਅਕਾਲ ਤਖ਼ਤ ਦਾ ਨਹੀਂ ਨਾ ਹੀ ਅਕਾਲ ਤਖ਼ਤ ਜੋ ਆਪਣੇ ਆਪ ਨੂੰ ਜਥੇਦਾਰ ਕਹਾਉਣ ਵਾਲੇ ਦਾ ਹੈ ਸੋ ਇਹ ਜਿਹੜਾ ਇਸ ਤਰ੍ਹਾਂ ਦੀਆਂ ਰਿਪੋਰਟਾਂ ਕਮੇਟੀ ਤਾਂ ਉਹੀ ਰਿਪੋਰਟ ਦੇਗੀ ਜਿਹੜੀ ਤੁਸੀਂ ਬਣਾਈ ਹੈ ਤੁਸੀਂ ਆਪਣੇ ਅਨੁਸਾਰ ਕਮੇਟੀ ਬਣਾਈ ਹੈ ਅਤੇ ਉਹ ਤੁਹਾਡੇ ਅਨੁਸਾਰ ਰਿਪੋਰਟ ਦੇਗੀ ਇਹ 'ਚ ਕੀ ਸ਼ੱਕ ਹੈ ਇਹੋ ਜਿਹੀਆਂ ਰਿਪੋਰਟਾਂ ਅਸੀਂ ਬਹੁਤ ਦੇਖ ਚੁੱਕੇ ਹਾਂ ਪਿਛਲੇ ਸਮਿਆਂ ਦੇ ਵਿੱਚ ਤੁਸੀਂ ਇਸ ਰਿਪੋਰਟ ਨੂੰ ਖਾਰਜ ਕਰਦੇ ਹੋ ਸਰ ਬਿਲਕੁਲ ਖਾਰਜ ਕਰਦਾ ਕਿਉਂਕਿ ਉਹਦੇ ਵਿੱਚ ਜਾਂ ਤਾਂ ਦੱਸਣ ਵੀ ਆਹ ਤੱਥ ਉਸਨੇ ਇਸ ਵੇਲੇ ਫਲਾਨੀ ਜਗ੍ਹਾ ਦੇ ਉੱਤੇ ਬੋਲਿਆ ਉਹਦੇ ਸਾਰੇ ਦੇ ਸਾਰੇ ਸਪੀਚ ਯੂਟਿਊਬ ਦੇ ਉੱਤੇ ਹਨਗੇ ਰੋਜ਼ ਲੋਕ ਸੁਣਦੇ ਨੇ ਉਹਦੇ ਵਿੱਚੋਂ ਕੋਈ ਕੱਢ ਕੇ ਤਾਂ ਦਿਖਾਓ ਜਿਸ ਦੇ ਵਿੱਚ ਉਸਨੇ ਕੋਈ ਸਿੱਖੀ ਦੀ ਤੋਹੀਨ ਕੀਤੀ ਹੋਵੇ ਜਾਂ ਗੁਰੂ ਗ੍ਰੰਥ ਸਾਹਿਬ ਦੇ ਬਰਖਿਲਾਫ਼ ਕੁਛ ਬੋਲਿਆ ਹੋਵੇ ਜਾਂ ਕੋਈ ਸਿੱਖਾਂ ਨੂੰ ਦੁਬਦਾ ਵਿੱਚ ਪਾਉਣ ਵਾਲੀ ਗੱਲ ਕੀਤੀ ਹੋਵੇ ਠੀਕ ਹੈ ਸਰ ਮੈਂ ਇੱਕ ਛੋਟਾ ਜਿਹਾ ਬ੍ਰੇਕ ਲੈ ਕੇ ਵਾਪਸ ਆ ਰਿਹਾ ਵਾਪਸ ਆ ਕੇ ਸਵਾਲ ਹੋਵੇਗਾ ਜ਼ਰੂਰ ਢੱਡਰੀਆਂ ਵਾਲੇ 'ਤੇ ਕਿਹੜੀ ਦੁਬਦਾ ਪਰ ਇਸ ਦੁਬਦਾ ਦੇ ਵਿਚਾਲੇ ਸਵਾਲ ਇਹ ਹੈਗਾ ਕਿ ਸੰਗਤ ਕਿਹੜੀ ਦੁਬਦਾ ਖੜੀ ਹੈ ਸੰਗਤ ਨੂੰ ਕਿਹਾ ਜਾ ਰਿਹਾ ਕਿ ਪ੍ਰੋਗਰਾਮ ਤੋਂ ਸ਼ੇਅਰ ਨਾ ਕਰੋ ਸਮਾਗਮ ਵਿੱਚ ਸ਼ਿਰਕਤ ਨਾ ਕਰੋ ਅਤੇ ਗੁਰਤੇਜ ਸਿੰਘ ਹਰੀ ਜਦੋਂ ਕਹਿੰਦੇ ਆ ਕਿ ਰਿਪੋਰਟ ਆਪੇ ਬਣਾਈਏ ਤਾਂ ਇਸ ਰਿਪੋਰਟ ਨੂੰ ਅਸੀਂ ਖਾਰਜ ਕਰਦੇ ਹਾਂ ਜਦੋਂ ਕੌਮ ਇਸ ਦੁਬਦਾ ਵਿੱਚ ਹੈ ਅਤੇ ਕੌਮ ਦੇ ਵਿੱਚ ਵਖਰੇਵਾਂ ਜਦੋਂ ਆ ਜਾਵੇ ਤਾਂ ਫਿਰ ਜਥੇਦਾਰ ਸਾਹਿਬ ਨੂੰ ਇਸ ਦਾ ਕੀ ਹੱਲ ਕਰਨਾ ਚਾਹੀਦਾ ਸਾਡਾ ਸਵਾਲ ਇਹੀ ਹੈ ਵਾਪਸ ਆ ਰਿਹਾ ਸਵਾਲ ਅਸੀਂ ਉਹ ਤੁਹਾਡੇ ਨਾਲ ਫਿਰ ਸਾਂਝਾ ਕਰ ਦਈਏ ਢੱਡਰੀਆਂ ਵਾਲੇ ਤੋਂ ਮਾਫ਼ੀ ਮੰਗਾ ਕੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਤਹਿਤ ਕਿਹੜਾ ਹੱਲ ਕੱਢਣ ਦੇ ਲੱਗੇ ਰਸਮ ਅਜੀਤ ਸਿੰਘ ਜੀ ਰਸਮ ਅਜੀਤ ਸਿੰਘ ਜੀ ਆਹ ਚਿੱਠੀ ਪਈ ਆ ਜਿਹੜੀ ਢੱਡਰੀਆਂ ਵਾਲੇ ਨੂੰ ਭੇਜੀ ਗਈ ਸੀ ਸਬ ਕਮੇਟੀ ਵੱਲੋਂ ਸਪੈਸ਼ਲ ਨੰਬਰ ਲਾ ਕੇ ਇਸ ਚਿੱਠੀ ਤੋਂ ਬਾਵਜੂਦ ਢੱਡਰੀਆਂ ਵਾਲੇ ਪੇਸ਼ ਨਹੀਂ ਹੁੰਦੇ ਗੇ ਸਬ ਕਮੇਟੀ ਦੇ ਅੱਗੇ ਹੁਣ ਸਬ ਕਮੇਟੀ ਨੇ ਰਿਪੋਰਟ ਪੇਸ਼ ਕਰਤੀ ਹੈ ਰਸਮ ਅਜੀਤ ਸਿੰਘ ਸਰ ਢੱਡਰੀਆਂ ਵਾਲੇ ਅੜੀਅਲ ਰਵੱਈਆ ਅਪਣਾ ਰਹੇ ਆ ਦੇਖੋ ਇੱਕ ਕਿਸਮ ਦਾ ਗੈਪ ਤੇ ਬਾਣੀ ਗਿਆ ਹੈ ਇਹਦੀ ਜਿਹੜਾ ਪਿਛੋਕੜ ਹੈ ਜਦੋਂ ਨਵਾਂ ਸ਼ਹਿਰ ਲਾਗੇ ਉਹਨਾਂ ਦੇ ਗੱਡੀ ਤੇ ਹਮਲਾ ਕੀਤਾ ਗਿਆ ਸੀ ਉਹਨਾਂ ਨੂੰ ਇਸ ਗੱਲ ਦਾ ਖੇਦ ਰਹਿੰਦਾ ਦੁੱਖ ਰਹਿੰਦਾ ਕਿ ਉਦੋਂ ਮੈਂ ਪ੍ਰਚਾਰਕ ਸੀ ਮੈਂ ਵੀ ਸਿੱਖ ਸੀ ਤੇ ਜਿਹੜੇ ਬੰਦਿਆਂ ਨੇ ਉਹ ਹਮਲਾ ਕੀਤਾ ਉਹ ਅਖਬਾਰਾਂ 'ਚ ਮੀਡੀਆ 'ਚ ਓਪਨਲੀ ਆਇਆ ਸੀ ਉਹਨਾਂ ਨੂੰ ਕਿਸ ਕਿਸਮ ਦੀ ਸਜ਼ਾ ਦਿੱਤੀ ਕਿਸ ਤਰ੍ਹਾਂ ਦੀ ਤਨਖਾਹ ਲਾਈ ਔਰ ਮੈਨੂੰ ਉਦੋਂ ਸ਼ਾਬਾਸ਼ ਆ ਕੇ ਹੌਸਲਾ ਅਫਜ਼ਾਈ ਕਿਉਂ ਨਹੀਂ ਕੀਤੀ ਗਈ ਜਦੋਂ ਜਿੱਥੇ ਜਿਸ ਧਰਮ 'ਚ ਬੰਦਾ ਆ ਉਹਦੀ ਜਿਹੜੀ ਸੁਪਰੀਮ ਬੋਡੀ ਭਾਵੇਂ SGPC ਹੋਵੇ ਭਾਵੇਂ 5 ਜਥੇਦਾਰ ਹੋਣ ਉਹ ਉਦੋਂ ਕਿਸੇ ਦੇ ਜਾਨਲੇਵਾ ਹਮਲੇ ਦੇ ਉੱਤੇ ਆ ਕੇ ਉਹਦੇ ਨਾਲ ਨਹੀਂ ਖੜੀ ਹੁੰਦੀ ਤਾਂ ਉਹਦੇ ਮਨ 'ਚ ਕੀ ਆਊਗਾ ਕਿ ਕਿਤੇ ਨਾ ਕਿਤੇ ਦਾਲ ਵਿੱਚ ਕਾਲਾ ਆ ਇੱਥੋਂ ਉਦੋਂ ਤੋਂ ਲੈ ਕੇ ਹੁਣ ਤੱਕ ਇਹ ਗੈਪ ਵੱਧਦੇ ਵੱਧਦੇ ਵੱਧ ਗਏ ਅਤੇ ਹੁਣ ਗੈਪ ਇਕੱਲੇ ਇੱਕ ਦੂਜੇ ਦੀਆਂ ਥੋੜ੍ਹੀਆਂ ਬੇਵਿਸ਼ਵਾਸੀ ਦੇ ਨਹੀਂ ਹੈ ਹੁਣ ਗੈਪ ਜਿਹੜੇ ਉਹ ਇੱਕ ਬੜੇ ਅਲੱਗ ਕਿਸਮ ਦੇ ਆ ਉਹ ਕਹਿੰਦੇ ਆ ਕਿ ਸਿੱਖਿਜ਼ਮ ਜਿਹੜਾ ਜਾਂ ਜਿਹੜੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਸਾਰੇ ਵਿਚਾਰ ਦਿੱਤੇ ਹੋਏ ਆ ਉਹ ਸਿਰਫ ਧਾਰਮਿਕ ਨਹੀਂ ਹੈ ਉਹਨਾਂ ਦਾ ਪੋਟੈਂਸ਼ੀਅਲ ਸਮਾਜ ਦੇ ਵਿੱਚ ਚੇਤਨਾ ਪੈਦਾ ਕਰਨਾ ਸਮਾਜ ਦੇ ਵਿੱਚ ਊਚ ਨੀਚ ਨੂੰ ਖਤਮ ਕਰਨਾ ਬੇਇਨਸਾਫ਼ੀ ਨੂੰ ਸਮਾਜ ਵਿੱਚ ਖਤਮ ਕਰਨਾ ਲੁੱਟ ਖਸੁੱਟ ਨੂੰ ਖਤਮ ਕਰਨਾ ਉਸ ਲਈ ਇੱਕ ਵੱਡੀ ਮੁਹਿੰਮ ਨੂੰ ਲਗਾਤਾਰ ਅੱਗੇ ਤੋਰਨ ਦੇ ਵਿਚਾਰ ਵੀ ਉਹਦੇ ਵਿੱਚ ਹੈ ਜਿੱਥੇ ਤਰਕਸ਼ੀਲਤਾ ਵੀ ਆਉਂਦੀ ਹੈ ਦੇਖੋ ਜਿਹੜਾ ਉਹਦਾ ਧਾਰਮਿਕ ਆਸਪੈਕਟ ਹੈਗਾ
श्री किसी भी धर्म का श्री गुरु ग्रंथ साहब जी होण जां होर होण किसी भी धर्म का वह एक आस्था च हुंदा उत्थे तर्क ना लाउणा चाहीदा ना किसी धर्म से लगता पर सिख धर्म तो धर्म नहीं है उस किस्म का ना जे ये सिख धर्म दूजे धर्मां वांगू होवे तां फिर ये दूजे धर्मां नूं लिया के विच उत्थे जिहड़े मस्जिद दे विच तुसीं नमाज पढ़नी आ वह कितने साढ़े कंपलैक्स में आके पढ़ने कभी भी नहीं हो सकता। इस तरीके ने जो क्रिश्चियन आते हैं तो वह साढ़े लंगर च भी लंगर छकते है और जाके लंगर पका भी सकते हैं सेवा भी ठीक है। यदा मतलब मैं ये गल कहना कि सिख धर्म उस किस्म का धर्म नहीं जो बाहर करता पर इस वे जो सिखी मैं सब तो वड्डा खतरा लग रहा बहुत दूर आगामी जेड़े बहुत एक सिखी लई सिख उस मूवमेंट लई नतीजे हो। रसमजीत सिंह तुसीं दो पॉइंट उठाए मेजर, एक तो गैप की तुसीं गल की है, एक तुसीं कहा कि तर्क सर गैप केड़ा, एक तुसीं जिक्र किया टड्डरियां जो अटैक हुंदा उन्होंने एक साथी की मौत हुंदी है तुसीं उसका जिक्र किया सर, एक गैप वाला इशारा तुसीं पूरा क्यों नहीं करते पे, क्यों नहीं जिक्र करते पे तुसीं? नहीं 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 केपी सिंह जी मैं तो बड़ा साफ साफ कह रहा नहीं साफ कह रहे ना रसमजीत सिंह साफ नहीं कह रहे तुसीं, मैं कह रहा नहीं साफ कह रहे तुसीं फिर दोबारा कह देना हाँ। जेड़े वो हमला होया उत्थों उना दी बेविश्वासी पैदा हुई है सर, बेविश्वासी किंदे प्रति पैदा हुई है, जहेदार साहब प्रति बेविश्वासी पैदा हुई है जां टकसाल दे प्रति बेविश्वासी पैदा हुई है? नहीं 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 टकसाल ने तो जो कीता कीता वो तो उना दा चलदा आ रहा, जिहड़ी सिख संस्था दी सुप्रीम बॉडी है उन्हां प्रति उन्हां दी बेविश्वासी पैदा हुई है कि मैनूं उदों क्यों नहीं बचाया गया, मेरे च की कमी सी, मेरे नाल क्यों नहीं। चलो ठीक 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 है ठीक है। गरेवाल साहब गरेवाल साहब प्रोफेसर मनजीत सिंह जी गल कहना चाह रहे हैं वो ये गल कहना चाह रहे हैं कि जहेदार साहब टकसाल की गल सुनते हैं टड्डरियां वाले की गल नहीं सुनते, सीधे शब्दों में ये कहना चाह रहे हैं, पता नहीं वो क्यों साफ क्यों नहीं कह पा रहे। गरेवाल साहब बिल्कुल साफ कहा, बिल्कुल साफ कही है उन्होंने गल, जिहड़े थां ते बैठे ने जिहड़ी गल कही है बिल्कुल स्पष्ट है। मैं गल दस देनी चाहुंदा कि देखो जिवें तुसीं भी ये गल कर रहे हो कि उन्हां दा मामला बन गया टकसाल नाल, जे तुसी टकसाल दी गल सुनोगे ते टकसाल अपने तौर ते उस गल ते जस्टिफाई करदी आ, उते हमला हुंदा ओ ले जस्टिफाई नहीं करदा। मेरे सुन लो गल पूरी बे वेखो गरेवाल साहब, मैं तुहानू पूरा मौका दे रहा सर, गरेवाल साहब मैनूं दस दो जस्टिफाई कित्थे कीता गया? मैं गल करदा मैं कदों जस्टिफाई, मैं इत्थे बैठ के तुहाडे सामने जस्टिफाई नहीं करदा, कोई जिहड़ा हमला कीता गया जस्टिफाई नहीं करदे। श्री अकाल तख्त साहब दे जिन्हां दी तुसी कहिंदे उन्होंने कोई न्याय दित्ता उन्होंने जस्टिफाई नहीं कीता, किसी संस्था ने जस्टिफाई नहीं किया, जिहड़ी मैं तुहानू जानकारी दे देनी चाहुंदा उस मौके ते जिन्हां लोकां ने इस गल लई ढड्डरियां वाले दे नाल खड़ के अखंड कीर्तनी जथा दे होर संस्थावां ने नाल खड़ के उहदी हमायत कीती उहदे नाल हमदर्दी बनाई ਉਹ ਅੱਜ ਕਿੱਥੇ ਨੇ? ਅੱਜ ਉਹ ਬਿਲਕੁਲ ਉਹਦੇ ਖਿਲਾਫ ਹੋ ਕੇ ਖੜੇ ਨੇ, ਅੱਜ ਢੱਡਰੀਆਂ ਵਾਲੇ ਦੇ ਨਾਲ ਕਿਉਂ ਨਹੀਂ ਗਏ? ਸਾਨੂੰ ਇਹ ਗੱਲ ਸੋਚਣੀ ਚਾਹੀਦੀ ਆ। ਮੈਂ ਇੱਥੇ ਬੇਨਤੀ ਕਰਦਾ ਤੁਸੀਂ ਇਹ ਜਿਹੜੀ ਗੱਲ ਕਹਿੰਦੇ ਹੋ ਨਾ, ਗੁਰਬਾਣੀ ਬੜਾ ਅਥਾਹ ਸਮੁੰਦਰ ਆ, ਬੜੀ ਡੂੰਘੀ ਆ, ਇਸ ਦੇ ਹਰੇਕ ਵਿਅਕਤੀ ਆਪਣੇ ਤੌਰ ਤੇ ਇੰਟਰਪ੍ਰੀਟ ਕਰਦਾ। ਸੋ ਮੈਂ ਕਹਿੰਦਾ ਵੀ ਮੈਂ ਤਾਂ ਏਡਾ ਵਿਦਵਾਨ ਨਹੀਂ ਹੈਗਾ, ਸਾਡੇ ਕਿਨਾ IAS ਸਾਹਿਬ ਬੈਠੇ ਨੇ, ਗੁਰਤੇਜ ਸਿੰਘ ਜੀ ਇਹ ਬੜੇ ਵਿਦਵਾਨ ਨੇ, ਬੜੀਆਂ ਕਿਤਾਬਾਂ ਵੀ ਲਿਖੀਆਂ, ਬੜੇ ਖੋਜੀ ਨੇ। ਮੇਰੀ ਗੱਲ, ਮੈਂ ਇਹਨਾਂ ਦੀ ਗੱਲ ਦਾ ਜਵਾਬ ਦੇਣਾ ਚਾਹੁੰਦਾ, ਜ਼ਰੂਰੀ ਆ ਗੱਲ। ਅੱਜ ਦੇ ਇਸ ਮੁੱਦੇ ਵਿੱਚ ਜਿਹੜੀ ਗੱਲ ਕਹਿੰਦੇ ਆ ਕਿ ਉਸ ਦੀ ਉਹਨੇ ਕੋਈ ਗੱਲ ਸਪਸ਼ਟ ਨਹੀਂ ਕੀਤੀ, ਤੁਸੀਂ ਆਪ ਹੀ ਦੱਸਿਆ ਕਿ 100 ਪੇਜ ਦਾ ਉਹਦੇ ਬਾਰੇ 'ਚ ਇੱਕ ਤੱਥ ਹੈ ਜਿਹੜੀ ਅੱਜ ਇਕੱਲੇ ਭਾਸ਼ਣ ਜਾਂ ਜਿਹੜੇ ਬਿਆਨ ਜਾਰੀ ਕੀਤਾ ਉਹ 'ਚ ਨਹੀਂ ਹੋ ਸਕਦੀ। ਮੈਂ ਇੱਕੋ ਹੀ ਗੱਲ ਸਰਦਾਰ ਗੁਰਤੇਜ ਸਿੰਘ ਜੀ ਨੂੰ ਕਹਿਣੀ ਚਾਹੁੰਦਾ ਕਿ ਢੱਡਰੀਆਂ ਵਾਲੇ ਦਾ ਖਾਸ ਬੰਦਾ ਹਰਵਿੰਦਰ ਸਿੰਘ ਨਿਰਵੈਰ ਖਾਲਸਾ ਦਲ ਬਣਾਇਆ ਇੰਗਲੈਂਡ ਦੇ ਅੰਦਰ, ਇਹਦੀ ਨੁਮਾਇੰਦਗੀ ਕਰਦਾ, ਉਹ ਸੰਗਤ ਦੇ ਵਿੱਚ ਇਹ ਪ੍ਰਚਾਰ ਕਰਦਾ, ਮੈਨੂੰ ਦੱਸਣ ਇਹਨੂੰ ਜਸਟੀਫਾਈ ਕਰਨ ਕੀ ਉਹਨੇ ਇਹ ਗੱਲ ਕਹੀ ਸੰਗਤ ਦੇ ਅੰਦਰ। ਉਹ ਕਹਿੰਦਾ ਵੀ ਗੁਰੂ ਨਾਨਕ ਸਾਹਿਬ ਦਾ ਜਿਹੜੇ ਲੋਕ ਸੀ ਉਹ ਉਹਨਾਂ ਦੇ ਖਿਲਾਫ ਹੋ ਗਏ ਸੀ, ਆਖਰੀ ਸਮੇਂ ਗੁਰੂ ਨਾਨਕ ਸਾਹਿਬ ਦਾ ਕਤਲ ਕਰ ਦਿੱਤਾ ਗਿਆ ਤੇ ਉਹਨਾਂ ਦੀ ਲਾਸ਼ ਨੂੰ ਖੁਰਦਬੁਰਦ ਕਰ ਦਿੱਤਾ ਗਿਆ। ਇਹ ਮੈਨੂੰ ਦੱਸਿਆ ਜਾਵੇ ਕਿ ਅੱਜ ਤੱਕ ਢੱਡਰੀਆਂ ਵਾਲੇ ਨੇ ਆਪਣੇ ਉਸ ਨੁਮਾਇੰਦੇ ਦੇ ਇਸ ਬਾਰੇ 'ਚ ਅੱਜ ਤੱਕ ਇਸ ਗੱਲ ਬਾਰੇ ਟਿੱਪਣੀ ਕਿਉਂ ਨਹੀਂ ਕੀਤੀ? ਇਹ ਗੱਲ ਬਿਲਕੁਲ ਸਪਸ਼ਟ ਹੈ, ਗੁਰਬਾਣੀ ਨੂੰ ਤਾਂ ਤਰੋੜ ਮੋੜ ਕੇ ਪੇਸ਼ ਕਰ ਸਕਦਾ, ਠੀਕ ਹੈ, ਗੁਰਬਾਣੀ 'ਚ ਹਰ ਤਰ੍ਹਾਂ ਦਾ ਪੱਖ ਹੈ। ਮੈਨੂੰ ਇਹ ਦੱਸਿਆ ਜਾਵੇ, ਗੁਰਤੇਜ ਸਿੰਘ ਜੀ ਦੱਸਣ ਕੀ ਗੁਰੂ ਨਾਨਕ ਸਾਹਿਬ ਦੇ ਨਾਲ ਲੋਕ ਖਿਲਾਫ ਹੋ ਗਏ ਸਨ,
ਗੁਰਤੇਜ ਸਿੰਘ ਜੀ, ਇਹ ਜਿਹੜਾ ਜ਼ਿਕਰ ਕਰ ਰਿਹਾ ਹਰਿੰਦਰ ਸਿੰਘ ਨਰਵੈਰ ਖਾਲਸਾ ਜਥਾ ਯੂਕੇ ਵਾਲਾ, ਇਹ ਤੀਜਾ ਨੰਬਰ ਰਣਜੀਤ ਸਿੰਘ ਢੱਡਰੀਆਂ ਵਾਲੇ ਦਾ, ਚੌਥਾ ਨੰਬਰ ਇਹਨਾਂ ਦਾ ਸਰ, ਜਿਹੜੇ ਆ ਫੈਸਲੇ ਸੁਣਾਏ ਗਏ ਆ, ਇਹਦੇ ਬਾਰੇ ਸਿੱਧੀ ਸਪਸ਼ਟ ਕਰ ਦਿਓ ਕਿ ਢੱਡਰੀਆਂ ਵਾਲੇ ਉਹਨਾਂ ਦੇ ਖਿਲਾਫ਼ ਬੋਲਦੇ ਕਿਉਂ ਨਹੀਂ? ਦੇਖੋ, ਢੱਡਰੀਆਂ ਵਾਲੇ ਕਿਉਂ ਨਹੀਂ ਬੋਲਦੇ ਇਹ ਤਾਂ ਉਹਨਾਂ ਨੂੰ ਪੁੱਛਣਾ ਪਏਗਾ, ਲੇਕਿਨ ਕਿਸੇ ਦੇ ਗੁਨਾਹ ਵਾਸਤੇ ਢੱਡਰੀਆਂ ਵਾਲੇ ਨੂੰ ਕਿਵੇਂ ਦੋਸ਼ੀ ਸਮਝਿਆ ਜਾ ਸਕਦਾ ਹੈ? ਚਾਹੇ ਕੋਈ ਹੋਵੇ, ਉਹ ਚਾਹੇ ਉਹਦਾ ਸਕਾ ਪੁੱਤ ਹੋਵੇ, ਗੁਰੂ ਨਾਨਕ ਸਾਹਿਬ ਦੇ ਸਾਹਿਬਜ਼ਾਦੇ ਕੀ ਗੁਰੂ ਨਾਨਕ ਸਾਹਿਬ ਉਹਨਾਂ ਵਾਸਤੇ ਜ਼ਿੰਮੇਵਾਰ ਹਨਗੇ ਜਿਹੜੇ ਉਹਨਾਂ ਨੇ ਧਰਮ ਚਲਾਏ? ਇਹ ਬੇਕਾਰ ਦੀਆਂ ਗੱਲਾਂ। ਗੁਰਤੇਜ ਸਿੰਘ ਜੀ, ਮੇਰੀ ਜਾਣਕਾਰੀ ਲੈ ਲਓ, ਉਹਦਾ ਨਾਮ ਹੈ ਦਾ ਉਹਦੀ ਸੰਸਥਾ ਨੂੰ ਚਲਾਉਂਦਾ, ਸੁਣ ਲਓ ਜ਼ਿੰਮੇਵਾਰੀ ਬਣਦੀ ਹੈ ਉਸ ਨੂੰ ਨਿਭਾਓ। ਲੇਕਿਨ ਗੱਲ ਇਹ ਹੈਗੀ ਕਿ ਉਧਰਲੇ ਪਾਸੇ ਇੱਕ ਪੱਖ ਹੈ ਜਿਸ ਨੂੰ ਤੁਸੀਂ ਲਗਾਤਾਰ ਸਪੋਰਟ ਕਰਦੇ ਚਲੇ ਆ ਰਹੇ ਹੋ। ਇੱਕ ਜੇ ਮੋਟੀ ਜਿਹੀ ਗੱਲ ਲਈਏ ਦਸਮ ਗ੍ਰੰਥ ਦਾ ਇੱਕ ਮਸਲਾ ਹੈਗਾ, ਉਸ ਦੇ ਵਿੱਚ ਜਿਹੜੇ ਦਸਮ ਗ੍ਰੰਥ ਦੇ ਹੱਕ ਦੇ ਵਿੱਚ ਹੈ ਉਹਨਾਂ ਨੂੰ ਲਗਾਤਾਰ SGPC ਵੱਲੋਂ ਔਰ ਇਹ ਸਾਰੀਆਂ ਸੰਸਥਾਵਾਂ ਵੱਲੋਂ ਸਪੋਰਟ ਮਿਲਦਾ ਆ ਰਿਹਾ, ਔਰ ਜਿਹੜੇ ਉਸਦੇ ਬਰਖਿਲਾਫ਼ ਹੈਗੇ ਜਿਹੜੇ ਉਹਨਾਂ ਦੇ ਵੀ ਕਾਰਨ ਹਨਗੇ, ਉਹ ਵੀ ਸਿੱਖ ਹਨਗੇ। ਠੀਕ ਹੈ, ਉਹ ਜਦੋਂ ਗੱਲ ਕਰਦੇ ਹੈ ਤਾਂ ਉਹ ਉਹਨਾਂ ਨੂੰ ਠੱਪਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਗੁਰਤੇਜ ਸਿੰਘ ਜੀ ਸਰ, ਤੁਹਾਨੂੰ ਇਹ ਦੋ ਮਾਮਲੇ ਲੱਗਦੇ, ਇੱਕ ਤਾਂ ਜਿਹੜਾ ਹਮਲਾ ਹੋਇਆ ਢੱਡਰੀਆਂ ਵਾਲਾ ਅਤੇ ਉਹ ਮਾਮਲਾ, ਇੱਕ ਦਸਮ ਗ੍ਰੰਥ ਵਾਲਾ ਮਾਮਲਾ, ਤੁਹਾਨੂੰ ਦੋ ਲੌਜਿਕ ਲੱਗਦੇ ਆ ਇਸ ਪੂਰੇ ਮਸਲੇ ਦੇ ਪਿੱਛੇ? ਨਹੀਂ, ਇਹ ਜਿਹੜੀ ਆਪਣੀ ਪ੍ਰੋਫੈਸਰ ਸਾਹਿਬ ਨੇ ਗੱਲ ਕੀਤੀ ਹੈ ਤਰਕ ਦੀ, ਇਹ ਵੀ ਹੈ। ਅੱਛਾ, ਗੁਰਬਾਣੀ ਦਾ ਇੰਟਰਪ੍ਰੀਟੇਸ਼ਨ ਜਿਵੇਂ ਗਰੇਵਾਲ ਸਾਹਿਬ ਕਹਿੰਦੇ ਆ ਜਿਵੇਂ ਮਰਜ਼ੀ ਕੋਈ ਕਰ ਲਵੇ, ਇਸ ਤਰ੍ਹਾਂ ਨਹੀਂ ਕਰ ਸਕਦਾ। ਗੁਰਬਾਣੀ ਦੇ ਵਿੱਚ ਹੀ ਦੱਸਿਆ ਹੋਇਆ ਕਿ ਇੰਟਰਪ੍ਰੀਟੇਸ਼ਨ ਕਿਸ ਤਰ੍ਹਾਂ ਕਰਨੀ ਹੈ, ਔਰ ਉਹਦੇ ਅਰਥ ਗੁਰਬਾਣੀ ਦੇ ਅਨੁਸਾਰ ਹੀ ਹੋ ਸਕਦੇ ਹੈ। ਠੀਕ ਹੈ ਸਰ, ਇਸ ਤਰ੍ਹਾਂ ਨਹੀਂ ਹੋ ਸਕਦੇ ਕਿ ਜਿਵੇਂ ਮਰਜ਼ੀ ਕੋਈ ਕਰ ਲਵੇ, ਜਿਹੜੇ ਜਿਵੇਂ ਮਰਜ਼ੀ ਕਰ ਰਹੇ ਆ ਉਹ ਟਕਸਾਲ ਵਾਲੇ ਜਿਵੇਂ ਮਰਜ਼ੀ ਕਰ ਰਹੇ ਆ, ਔਰ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ। ਲੇਕਿਨ ਇਸ ਦੇ ਬਾਰੇ ਕੋਈ ਵੀ ਫਾਈਂਡਿੰਗ ਕਿਸੇ ਕਮੇਟੀ ਦੀ, ਕਿਸੇ ਤਖ਼ਤ ਦੀ, ਕਿਸੇ ਜਥੇਦਾਰ ਦੀ ਹੈ ਨਹੀਂ। ਠੀਕ ਹੈ ਸਰ, ਇੱਕ ਹੋਰ ਛੋਟਾ ਬ੍ਰੇਕ ਲਊਂਗਾ, ਬ੍ਰੇਕ ਤੋਂ ਵਾਪਸ ਆਊਂਗਾ। ਜਥੇਦਾਰ ਸਾਹਿਬ ਨੇ ਸੰਗਤ ਨੂੰ ਸਮਝਾਇਆ ਜਾਂ ਡਰਾਇਆ? ਜਥੇਦਾਰ ਸਾਹਿਬ ਨੇ ਢੱਡਰੀਆਂ ਵਾਲੇ ਨੂੰ ਸਮਝਾਇਆ ਜਾਂ ਡਰਾਇਆ? ਜਥੇਦਾਰ ਸਾਹਿਬ ਨੇ ਕੌਮ ਨੂੰ ਦੁਬਿਧਾ ਵਿੱਚ ਤਾਂ ਨਹੀਂ ਪਾਇਆ? ਸਾਰੇ ਸਵਾਲ ਬ੍ਰੇਕ ਤੋਂ ਵਾਪਸ ਆ ਰਹੇ। ਢੱਡਰੀਆਂ ਵਾਲੇ ਤੋਂ ਮਾਫ਼ੀ ਮੰਗਾ ਕੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਕਿਹੜਾ ਹੱਲ ਕੱਢਣ 'ਚ ਲੱਗੇ? ਗਰੇਵਾਲ ਸਾਹਿਬ, ਮੈਂ ਆ ਰਿਹਾ ਪ੍ਰੋਫੈਸਰ ਮਨਜੀਤ ਸਿੰਘ ਤੁਹਾਡੇ ਕੋਲ। ਗਰੇਵਾਲ ਸਾਹਿਬ ਸਰ, ਹੁਣ ਤੱਕ ਤਿੰਨ ਪੁਆਇੰਟ ਮੇਰੇ ਸਾਹਮਣੇ ਆ ਚੁੱਕੇ ਆ, ਇੱਕ ਤਾਂ ਤਰਕ, ਇੱਕ ਟਕਸਾਲ ਵਾਲਾ ਮਾਮਲਾ, ਇੱਕ ਦਸਮ ਗ੍ਰੰਥ ਵਾਲਾ ਮਾਮਲਾ। ਸਰ, ਮੇਰਾ ਸਵਾਲ ਹੈ ਗਰੇਵਾਲ ਸਾਹਿਬ ਕਿ ਅਸੀਂ ਦਰਸ਼ਕਾਂ ਨੂੰ ਇੱਕ ਇਕੱਲੀ ਇਕੱਲੀ ਚੀਜ਼ ਸਮਝਾਉਣਾ ਚਾਹੁੰਦੇ ਹਾਂ ਕਿ ਦੁਬਿਧਾ ਅਸਲ 'ਚ ਹੈ ਕੀ ਹੈ। ਜੇ ਦਸਮ ਗ੍ਰੰਥ ਦਾ ਮਾਮਲਾ ਸਾਹਮਣੇ ਆਉਂਦਾ ਸਰ, ਤਾਂ ਫਿਰ ਸਵਾਲ ਇਹ ਵੀ ਬਣਦਾ ਕਿ ਗੋਬਿੰਦ ਰਮਾਇਣ ਨੂੰ ਤੁਸੀਂ ਮੰਨਦੇ ਹੋ ਕਿ ਗੋਬਿੰਦ ਰਮਾਇਣ ਹੈ ਕੋਈ? ਦੇਖੋ ਜੀ, ਪ੍ਰੋਗਰਾਮ ਆਪਣਾ ਬਹੁਤ ਛੋਟਾ ਵਾ, ਸਿਰਫ ਕੁਛ ਮਿੰਟਾਂ ਦਾ ਵਾ। ਇਸ ਪ੍ਰੋਗਰਾਮ ਦੇ ਵਿੱਚ ਅਸੀਂ ਕਹੀਏ ਵੀ ਪੰਥ ਦੀਆਂ ਬਹੁਤ ਵੱਡੀਆਂ ਜਿਹੜੀਆਂ ਗੱਲਾਂ ਨੇ ਉਹਨਾਂ ਦਾ ਕਿ ਨਿਤਾਰਾ ਕਰ ਦਿਓਗੇ? ਗਰੇਵਾਲ ਸਾਹਿਬ, ਮੈਂ ਬੜਾ ਸਧਾਰਨ ਸਵਾਲ ਕਰਦਾ। ਗਰੇਵਾਲ ਸਾਹਿਬ ਪਲੀਜ਼, ਗਰੇਵਾਲ ਸਾਹਿਬ ਤੁਸੀਂ ਨਹੀਂ ਜਵਾਬ ਦੇਣਾ ਨਾ ਦਿਓ, ਪਰ ਮੇਰਾ ਸਵਾਲ ਸੁਣ ਲਓ ਸਰ ਦੁਬਾਰਾ। ਮੈਂ ਦੇ ਰਿਹਾ, ਗੋਬਿੰਦ ਰਮਾਇਣ ਨੂੰ ਤੁਸੀਂ ਮੰਨਦੇ ਹੋ? ਗੋਬਿੰਦ ਰਮਾਇਣ ਨਾਂ ਦੀ ਕੋਈ ਕਿਰਤ ਨਹੀਂ ਹੈਗੀ। ਚਲੋ ਇੱਕ ਮਿੰਟ ਸਰ, ਸਰ ਸਵਾਲ ਸੁਣ ਲਓ ਸਰ। ਗਰੇਵਾਲ ਸਾਹਿਬ ਸਵਾਲ ਸੁਣ ਲਓ, ਇਹਦੇ ਨਾਲ ਹੀ ਤੁਹਾਨੂੰ ਪੂਰਾ ਮੌਕਾ ਦੇ ਰਿਹਾ ਸਰ। ਸਾਰੇ ਮਿੰਟ ਲੈ ਲਿਓ ਗਰੇਵਾਲ ਸਾਹਿਬ, ਪ੍ਰੋਫੈਸਰ ਮਨਜੀਤ ਸਿੰਘ ਤੇ ਗੁਰਤੇਜ ਸਿੰਘ ਨੂੰ ਵਕਤ ਹੀ ਨਹੀਂ ਦਊਂਗਾ। ਹੋਰ ਦੱਸੋ ਸਰ, ਇਹ ਨੌਵਾਂ ਪੁਆਇੰਟ ਹੈ ਸਰ, ਜਥੇਦਾਰ ਸਾਹਿਬ ਦੀ ਪ੍ਰੈਸ ਰਿਲੀਜ਼ ਦੇ ਵਿੱਚ ਜਿਹੜਾ ਲਿਖਿਆ ਗਿਆਨੀ ਇਕਬਾਲ ਸਿੰਘ ਬਾਰੇ, ਸਾਬਕਾ ਜਥੇਦਾਰ ਬਾਰੇ। ਸਰ, ਜੇ ਗੋਬਿੰਦ ਰਮਾਇਣ ਨਹੀਂ ਹੈਗਾ ਗਿਆਨੀ ਇਕਬਾਲ ਸਿੰਘ ਬਾਰੇ ਕਮੈਂਟ ਹੋ ਸਕਦਾ ਹੈ, ਤਾਂ ਗੋਬਿੰਦ ਰਮਾਇਣ ਬਾਰੇ ਕਮੈਂਟ ਕਿਉਂ ਨਹੀਂ ਹੋਇਆ ਸਰ? ਫਿਰ ਗਰੇਵਾਲ ਸਾਹਿਬ, ਉਹਨਾਂ ਨੇ ਕਿਹਾ ਵਾ, ਪਹਿਲਾਂ ਕਿਹਾ, ਅੱਜ ਨਹੀਂ ਕਿਹਾ, ਉਸ ਤੋਂ ਪਹਿਲਾਂ ਕਿਹਾ ਕਿ ਗੋਬਿੰਦ ਰਮਾਇਣ ਨਾਂ ਦੀ ਕੋਈ ਕਿਰਤੀ ਨਹੀਂ ਹੈਗੀ। ਸਾਰੇ ਮਸਲੇ ਉਸ ਮੀਟਿੰਗ ਵਿੱਚ ਨਿਬੇੜੇ ਗਏ ਆ, ਨਜਿੱਠੇ ਗਏ ਆ, ਚਰਚਾ ਹੋਈ ਹੈ। ਗੋਬਿੰਦ ਰਮਾਇਣ ਬਾਰੇ ਚਰਚਾ ਕਿਉਂ ਨਹੀਂ ਹੋ ਰਹੀ? ਫਿਰ ਮਸਲੇ ਉਹ ਹੁੰਦੇ ਆ ਜਿਨ੍ਹਾਂ ਦੇ ਬਾਰੇ ਸ਼ਿਕਾਇਤ ਪਹੁੰਚਦੀ ਆ। ਜੋ ਜਥੇਦਾਰ ਸਾਹਿਬ ਨੂੰ ਉਸ ਮੌਕੇ ਤੇ ਪੁੱਛਿਆ ਗਿਆ ਸੀ, ਗੋਬਿੰਦ ਰਮਾਇਣ ਨਾਮ ਦੀ ਕਿਰਤ ਕੋਈ ਨਹੀਂ ਹੈਗੀ, ਪਹਿਲਾਂ ਵੀ ਕਲੀਅਰ ਕਰ ਚੁੱਕੇ ਆ ਤੇ ਅੱਜ ਵੀ ਕਲੀਅਰ ਕਰਦੇ ਆ, ਇਹਦੇ ਬਾਰੇ ਤਾਂ ਚਰਚਾ ਹੀ ਨਹੀਂ, ਰੌਲਾ ਹੀ ਨਹੀਂ ਹੈਗਾ, ਕੋਈ ਰੌਲਾ ਨਹੀਂਗਾ। ਪ੍ਰੋਫੈਸਰ ਮਨਜੀਤ ਸਿੰਘ ਸਰ, ਇਹ ਸਵਾਲ ਨਹੀਂ ਹੋਣਾ ਚਾਹੀਦਾ? ਪ੍ਰੋਫੈਸਰ ਮਨਜੀਤ ਸਿੰਘ, ਬਿਲਕੁਲ ਹਾਲਤ ਇਹ ਹੈ
ਤੁਸੀਂ ਸਾਰੇ ਦਸ ਦੇ ਦਸ ਪੁਆਇੰਟ ਮੈਂ ਬੜੇ ਧਿਆਨ ਨਾਲ ਪੜ੍ਹੇ ਆ, ਮੈਨੂੰ ਦੁੱਖ ਨਾਲ ਕਹਿਣਾ ਪੈਂਦਾ ਕਿ ਜਿਹੜਾ ਸਾਡਾ ਸੰਸਥਾਨ ਆ ਉਹ ਇੰਝ ਲੱਗਦਾ ਕਿ ਉੱਥੇ ਬਹੁਤ ਵੱਡਾ ਡੀ ਜੀ ਪੀ ਕੋਈ ਬੈਠਾ ਹੋਵੇ ਪੁਲਿਸ ਵਾਲਾ ਕੰਮ, ਅਤੇ ਉਹ ਠੋਕੀ ਜਾਂਦਾ ਹੋਵੇ, ਤੂੰ ਜੇ ਇੰਝ ਨਾ ਕੀਤਾ ਤਾਂ ਮੈਂ ਤੈਨੂੰ ਫਾਂਸੀ ਦੇ ਦੂੰਗਾ, ਤੁਸੀਂ ਜੇ ਇੰਝ ਨਾ ਕੀਤਾ ਤਾਂ ਤੁਸੀਂ ਸਾਡੇ ਨਾਲ ਜੇ ਜੋ ਅਸੀਂ ਚਾਹੁੰਦੇ ਉਸ ਤਰ੍ਹਾਂ ਤੁਸੀਂ ਸੂਤਰ ਨਾ ਆਏ ਤਾਂ ਅਸੀਂ ਆਹ ਕਰ ਦਾਂਗੇ ਉਹ ਕਰ ਦਾਂਗੇ, ਦਸੇ ਪੁਆਇੰਟ ਦੇਖ ਲਓ ਕਿਸੇ 'ਚ ਇੱਕ ਲਾਸਟ ਪੁਆਇੰਟ ਨੂੰ ਛੱਡ ਕੇ ਜਿੱਥੇ ਥੋੜ੍ਹਾ ਸੁਜੈਸਟਿਵ ਢੰਗ ਹੈਗਾ ਕਿ ਉਹ ਯੂ ਏ ਪੀ ਏ ਲਾ ਕੇ ਤੰਗ ਕੀਤਾ ਜਾਂਦਾ, ਬਾਕੀ ਸਾਰੇ ਪੁਆਇੰਟ ਠੋਕਾ ਠਾਕੀ ਦੇ ਇਹਨੂੰ ਆਹ ਕਰ ਦਿਆਂਗੇ ਉਹ ਬੰਦ ਕਰੇ, ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਦੀਆਂ ਬੀੜਾਂ ਨੂੰ ਆਪ ਛਾਪ ਲਿਆ ਉਹਨਾਂ ਨੂੰ ਦੀ ਅਤੇ ਅਸੀਂ ਫਿਰ ਤਨਖਾਹ ਲਵਾਂਗੇ, ਧਮਕੀਆਂ ਸਾਰੀ ਜਗ੍ਹਾ, ਕੀ ਸਿੱਖ ਧਰਮ ਕੀ ਸਿੱਖ ਆਪਾਂ ਲੋਕਾਂ ਨੂੰ ਜੋੜਨਾ ਔਰ ਆਪਣੇ ਕਿਰਦਾਰ ਨਾਲ ਜੋੜਨਾ, ਆਪਣੀ ਭਾਸ਼ਾ ਦੇ ਨਾਲ ਜੋੜਨਾ, ਆਪਣੇ ਤੌਰ ਤਰੀਕਿਆਂ ਨਾਲ ਜੋੜਨਾ, ਜੇ ਅਸੀਂ ਆਹ ਕੁਝ ਕਰੀ ਜਾਵਾਂਗੇ ਤੂੰ ਤੜਕ ਕਰਾਂਗੇ, ਇਹ ਘੱਟੋ ਘੱਟ ਇੱਕ ਸਹਿਜ ਔਰ ਨਿਮਰਤਾ ਹਿਊਮਿਲਿਟੀ ਜੋ ਗੁਰੂ ਨਾਨਕ ਦੇਵ ਜੀ ਦੱਸ ਗਏ ਆ ਜਾਂ ਸਾਡੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜੋ ਸਾਨੂੰ ਮੈਸੇਜ ਆ ਉਹਦੇ ਵਾਲੀ ਭਾਸ਼ਾ 'ਤੇ ਇਹ ਨਹੀਂ ਹੈ, ਆਪਾਂ ਕੀ ਕਰਨਾ ਚਾਹੁੰਦੇ ਹਾਂ, ਕਿੱਧਰ ਨੂੰ ਗੱਲਾਂ ਲਿਜਾਣੀਆਂ ਚਾਹੁੰਦੇ ਹਾਂ, ਇੱਕ ਗੱਲ। ਦੂਸਰੀ ਗੱਲ ਇੱਥੇ ਮੇਰੀ ਓਵਰਆਲ ਜਿਹੜੀ ਮੇਰੀ ਗੱਲ ਇਹੀ ਕਹਿਣੀ ਆ ਕਿ ਜਿਹੜੀ ਤੁਸੀਂ ਸਵਾਲ ਕੀਤਾ ਗੋਬਿੰਦ ਰਮਾਇਣ ਬਾਰੇ, ਉਹ ਕਿਉਂਕਿ ਮੋਦੀ ਜੀ ਨੇ ਕਿਹਾ, ਉਹ ਕਿਉਂਕਿ ਕਿਸੇ ਦੂਸਰੇ ਧਰਮ ਨੇ ਕਿਹਾ, ਕਿ ਅਸੀਂ ਡਰਦੇ ਮਾਰੇ ਨਹੀਂ ਗੱਲ ਕਰਨਾ ਚਾਹੁੰਦੇ, ਕਿਉਂ ਨਹੀਂ ਕੀਤੀ ਗਈ, ਇਹਦੇ 'ਚ ਹੋਣੀ ਚਾਹੀਦੀ ਸੀ, ਬਿਲਕੁਲ ਹੋਣੀ ਚਾਹੀਦੀ ਸੀ। ਜਿਹੜੇ ਤੇ ਆਪਣੇ ਬੰਦੇ ਆ ਉਹ ਤੇ ਉੜੀਸਾ ਵਾਲਾ ਗੁਰਦੁਆਰਾ ਵੀ, ਯੂਕੇ ਵਾਲਾ ਗੁਰਦੁਆਰਾ ਵੀ, ਕੈਨੇਡਾ ਵਾਲਾ ਗੁਰਦੁਆਰਾ ਵੀ, ਜਿਹੜੇ ਘਰ ਦੇ ਬੰਦੇ ਆ ਉਹਨਾਂ ਨੂੰ ਤੇ ਠਾ 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 ਅਸੀਂ ਕਰੀ ਜਾਂਦੇ ਹਾਂ। ਜਿਹੜੇ ਬੰਦੇ ਉੱਥੇ ਪ੍ਰਧਾਨ ਮੰਤਰੀ ਬੈਠ ਕੇ ਸਾਰੇ ਜਹਾਨ ਦੇ ਵਿੱਚ ਪ੍ਰਚਾਰ ਕਰ ਰਹੇ ਆ ਕਿ ਗੋਬਿੰਦ ਜਿਹੜਾ ਉਹ ਹਮਲਾ ਆ, ਉਹਦਾ ਜਵਾਬ ਨਹੀਂ ਦੇਣਾ ਚਾਹੁੰਦੇ। ਠੀਕ ਹੈ, ਠੀਕ ਹੈ, ਹੋ ਗਈ ਹੈ ਰਸਮ ਜੀ। ਠੀਕ ਹੈ ਗਰਵਾਲ ਸਾਹਿਬ, ਸਰ ਸਵਾਲ ਇਹ ਹੈਗਾ ਕਿ ਮੈਂ ਹੁਣ ਤੀਕਰ ਇਹੀ ਸੁਣਿਆ ਅਤੇ ਇਹੀ ਪੜ੍ਹਿਆ ਕਿ ਸਿੱਖ ਕੌਮ ਨੂੰ ਕੋਈ ਨਹੀਂ ਹਰਾ ਸਕਦਾ ਜੋ ਤੀਕਰ ਆਪਦੇ ਆਪ ਨੂੰ ਹਰਾਉਣ 'ਤੇ ਨਾ ਤੁਲ ਜਾਵੇ। ਸਰ ਇਉਂ ਲੱਗਦਾ ਪਿਆ ਕੌਮ ਆਪਦੇ ਆਪ ਨੂੰ ਦੋ ਫਾੜ ਕਰਨ ਵਿੱਚ ਲੱਗੀ ਹੋਈ ਆ, ਬਾਹਰੋਂ ਕਿਸੇ ਦੀ ਲੋੜ ਨਹੀਂ। ਸਰ ਦੇਖੋ, ਮੇਰੇ ਲਈ ਸਾਰੇ ਸਤਿਕਾਰਯੋਗ ਨੇ, ਵਿਚਾਰ ਉਹ ਆਪੋ ਆਪਣੇ ਹੁੰਦੇ ਨੇ, ਆਪੋ ਆਪਣਾ ਨਜ਼ਰੀਆ ਹੁੰਦਾ। ਜਥੇਦਾਰ ਸਾਹਿਬ ਦਾ ਜਿਹੜਾ ਨਜ਼ਰੀਆ ਵਾ ਢੱਡਰੀਆਂ ਵਾਲੇ ਬਾਰੇ 'ਚ, ਹੁਣ ਮੈਂ ਪਹਿਲੀ ਇਹ ਗੱਲ ਕਹਿਣੀ ਚਾਹੁੰਦਾ ਕਿ ਮੇਰੇ ਵਰਗਾ ਅਣਜਾਣ ਬੰਦਾ ਕੋਈ ਗਲਤੀ ਕਰ ਲਏ ਉਹ ਵੱਖਰੀ ਗੱਲ ਆ, ਇੱਕ ਪ੍ਰਚਾਰਕ ਹੋ ਕੇ ਜਿਹੜਾ ਜਿਹਨੇ ਪ੍ਰਚਾਰ ਕਰਨਾ, ਜਿਹਦੇ 'ਤੇ ਇਸ ਗੱਲ ਦੀ ਜ਼ਿੰਮੇਵਾਰੀ ਆ ਕਿ ਕੌਮ ਨੂੰ ਸਿੱਧੇ ਰਸਤੇ ਪਾਉਣਾ, ਜੇ ਉਹ ਕੌਮ ਨੂੰ ਸਿੱਧੇ ਰਸਤੇ ਪਾਉਣ ਵਾਲਾ ਹੀ ਕੌਮ ਨੂੰ ਭੁਲੇਖਿਆਂ 'ਚ ਗਲਤ ਰਸਤੇ ਪਾ ਦੇਵੇ, ਗਲਤ ਭਾਵਨਾ ਦੇ ਵਿੱਚ ਉਹਦੀ ਠੇਸ ਪਹੁੰਚਾਵੇ, ਤਾਂ ਉਸਦੇ ਖਿਲਾਫ਼ ਕਾਰਵਾਈ ਹੋਣੀ ਚਾਹੀਦੀ ਆ। ਜਿਹੜੀ ਕਾਰਵਾਈ ਆ, ਢੱਡਰੀਆਂ ਵਾਲੇ ਦੇ ਬਾਰੇ ਦੇ ਵਿੱਚ ਇੱਕ ਫੈਸਲਾ ਕੀਤਾ ਗਿਆ ਕਿ ਇੱਕ ਕਮੇਟੀ ਬਣਾਈ, ਪਹਿਲਾਂ ਉਹਨੂੰ ਕਿਹਾ ਵੀ ਗੱਲਬਾਤ ਲਈ ਸੱਦਾ ਦਿੱਤਾ ਗਿਆ, ਤਲਬ ਨਹੀਂ ਕੀਤਾ ਗਿਆ, ਅੱਜ ਤੱਕ ਨਹੀਂ ਤਲਬ ਕੀਤਾ ਗਿਆ, ਇਹ ਸ਼ਬਦ ਅੱਜ ਤੱਕ ਨਹੀਂ ਉਹਨਾਂ ਲਈ ਵਰਤਿਆ ਗਿਆ, ਚਿੱਠੀਆਂ ਜਿੰਨੀਆਂ ਆਈਆਂ ਇੱਥੇ, ਜੇ ਕੋਈ ਉਹਨਾਂ ਦੇ ਹਮਾਇਤੀ ਨੇ ਜਾਂ ਉਹਨਾਂ ਨਾਲ ਸੰਬੰਧ ਨੇ, ਇਹ ਗੱਲ ਸਪਸ਼ਟ ਕਰ ਸਕਦੇ ਨੇ। ਜਿਹੜੀ ਉਸ ਤੋਂ ਬਾਅਦ ਜਿਹੜੀ ਦੂਸਰੀ ਗੱਲ ਆ ਕਿ ਉਹਨੂੰ ਕਮੇਟੀ ਨੇ ਚਾਰ ਵਾਰ ਇਹ ਗੱਲ ਕਹੀ ਕਿ ਅਸੀਂ ਤੁਹਾਡੇ ਨਾਲ ਗੱਲਬਾਤ ਕਰਨ ਨੂੰ ਤਿਆਰ ਹਾਂ, ਜਿੱਥੇ ਤੁਸੀਂ ਕਹੋਗੇ ਅਸੀਂ ਉੱਥੇ ਆ ਕੇ ਗੱਲ ਕਰਨ ਨੂੰ ਤਿਆਰ ਹਾਂ। ਕੀ ਸੰਵਾਦ ਕਰਨਾ ਮਾੜਾ? ਜੇ ਕਿਸੇ ਦੇ ਮਨ 'ਚ ਕਿਸੇ ਪ੍ਰਤੀ ਸ਼ੰਕਾ, ਕੀ ਉਹ ਸ਼ੰਕਾ ਨਿਵਰਤ ਨਹੀਂ ਕਰ ਸਕਦਾ? ਇਹਦਾ ਮਤਲਬ ਕਿ ਉਹ ਆਪਣੇ ਆਪ ਦੇ ਵਿੱਚ ਹੀ ਮਹਾਨ ਹੋ ਗਿਆ। ਮੇਰੀ ਗੱਲ ਸੁਣ ਲਓ ਇੱਕ ਮਿੰਟ, ਅੱਜ ਦੇ ਜਿਹੜੇ ਪ੍ਰੋਗਰਾਮ ਦੇ ਵਿੱਚ ਜਿਹੜੀ ਗੁਰੂ ਗ੍ਰੰਥ ਸਾਹਿਬ ਦੀ ਛਪਾਈ ਦੇ ਬਾਰੇ 'ਚ ਗੱਲ ਕੀਤੀ ਗਈ ਆ, ਇਹਦਾ ਮਤਲਬ ਕੋਈ ਵੀ ਉੱਠੇਗਾ ਕੱਲ ਨੂੰ ਗੁਰੂ ਗ੍ਰੰਥ ਸਾਹਿਬ ਦੀ ਛਪਾਈ ਕਰੇਗਾ, ਉਹਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਰਾਗਮਾਲਾ ਵਿੱਚ ਐਡ ਕਰੇਗਾ, ਕੋਈ ਨਹੀਂ ਐਡ ਕਰੇਗਾ, ਕੌਣ ਜ਼ਿੰਮੇਵਾਰ ਹੈ? ਦੂਜੀ ਗੱਲ, ਤੀਸਰੀ ਜਿਹੜੀ ਤੁਸੀਂ ਗੱਲ ਕੀਤੀ ਆ ਕਿ ਉਹਦੇ ਥਾਣੇਦਾਰੀ ਵਾਲੀ ਗੱਲ ਕੀਤੀ ਆ, ਉਹਨਾਂ ਨੇ ਲਗਾਹ ਦੀ ਗੱਲ ਕੀਤੀ ਆ, ਦੱਸੋ ਪੈਨਲਸ ਦੋਨੇ ਬੈਠੇ ਆ, ਲਗਾਹ ਦੇ ਬਾਰੇ ਜਿਹੜਾ ਫੈਸਲਾ ਲਿਆ ਸਹੀ ਲਿਆ ਗਲਤ ਲਿਆ? ਸੋ ਇਹ ਗੱਲਾਂ ਜਿਹੜੀਆਂ ਜੇ ਅਕਾਲ ਤਖ਼ਤ ਸਾਹਿਬ ਨਹੀਂ ਕਰਦਾ, ਹੁਣ ਇੱਥੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਤੁਹਾਡੇ ਚੈਨਲਾਂ ਦੇ ਵਿੱਚ ਇਹ ਗੱਲ ਦੇਖੀ ਗਈ ਹੋਏਗੀ, ਜਦੋਂ ਚਿੱਠੀ ਆਈ ਆ ਰਾਮ ਮੰਦਿਰ ਦੇ ਬਾਰੇ 'ਚ, ਰਾਮ ਮੰਦਿਰ ਦੇ ਬਾਰੇ ਚਿੱਠੀ ਆਈ ਆ ਤੇ ਲੋਕਾਂ ਨੇ ਇਹ ਗੱਲ ਕਹਿ ਦਿੱਤੀ, ਕਿਉਂਕਿ ਬਹੁਤ ਉੱਚੀ ਸੁਰ 'ਚ ਬੋਲਦੇ ਆ, ਇਹ ਅੱਜ ਕੱਲ੍ਹ ਰਿਵਾਜ ਬਣ ਗਿਆ। ਉਹਨਾਂ ਨੇ ਕਿਹਾ ਕਿ ਜੇ ਜਥੇਦਾਰ ਉੱਥੇ ਚਲਿਆ ਗਿਆ ਅਸੀਂ ਸਿਰਜਾਂ ਦੇ ਨਹੀਂ ਚੜ੍ਹ ਦੇਵਾਂਗੇ, ਤੇ ਜਥੇਦਾਰ ਨੂੰ ਪੁੱਛੋ, ਜਥੇਦਾਰ ਸਾਹਿਬ ਨੇ ਜਾਣਾ ਹੀ ਨਹੀਂ ਸੀ, ਜਿਹੜੀ ਜਥੇਦਾਰ ਸਾਹਿਬ ਨੇ ਲਾਸਟ ਤੇ ਇੱਕੋ ਗੱਲ ਕਹਿ ਦਿੱਤੀ, ਸਾਰਾ ਕੁਛ ਉਹਦੇ ਵਿੱਚ ਆ ਗਿਆ।
ਜਹਾਦਰ ਸਾਹਿਬ ਨੇ ਕਿਹਾ ਕਿ ਸਿੱਖ ਇੱਕ ਵੱਖਰੀ ਕੌਮ ਹੈ, ਨਾ ਇਹ ਪਹਿਲਾਂ ਇਹ ਕਿਸੇ ਕਿਸੇ ਨਾਲ ਰਲਗੜ ਸੀ, ਨਾ ਹੈਗੀ ਆ ਨਾ ਹੋਏਗੀ, ਕਿਸੇ ਤੋਂ ਸਰਟੀਫਿਕੇਟ ਲੈਣ ਦੀ ਲੋੜ ਨਹੀਂ। ਸੋ ਇਹ ਗੱਲਾਂ ਹਰ ਗੱਲ ਦੀ ਲੋੜ ਨਹੀਂ ਹੁੰਦੀ ਗੀ। ਚਲੋ ਠੀਕ 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 ਹੈ ਸਰ, ਸਾਰਾ ਕੁਝ ਆ ਜਾਏਗਾ। ਗਰੇਵਾਲ ਸਾਹਿਬ ਠੀਕ ਹੈ, ਠੀਕ ਹੈ, ਤੁਸੀਂ ਮੇਰਾ ਸਵਾਲ ਨਹੀਂ ਲਿਆ, ਮੇਰਾ ਸਵਾਲ ਨਹੀਂ ਲਿਆ। ਇੱਕ ਮਿੰਟ, ਮੇਰੀ ਕੇਪੀ ਸਿੰਘ ਥੋੜੀ ਜੀ ਬੇਨਤੀ ਹੈ, ਤੁਸੀਂ ਲੋਕਾਂ ਨੂੰ ਇਹ ਤੇ ਦੱਸ ਦਿਓ ਕਿ ਉਹ ਕਿਹੜਾ ਪਾਪ ਕਰ ਰਿਹਾ ਢੱਡਰੀਆਂ ਵਾਲਾ, ਜਿਹਦੇ ਕਰਕੇ ਆਪਾਂ ਇੰਨੇ ਅੱਗ ਭਬੂਕਾ ਹੋਏ ਆ, ਔਰ ਇਹ ਕਹਿਣਾ ਚਾਹੁੰਦੇ ਆ। ਤੇ ਇੱਕ ਮਿੰਟ, ਔਰ ਧਮਕੀਆਂ ਦਿੱਤੀਆਂ ਗਈਆਂ ਕਿ ਉਹ ਜਿਹੜਾ ਵੀ ਉਹਦਾ ਕੋਈ ਪ੍ਰੋਗਰਾਮ ਕਰਾਊਗਾ ਉਹ ਜ਼ਿੰਮੇਵਾਰ ਹੋਊਗਾ, ਇਹਦਾ ਮਤਲਬ ਇਹ ਧਮਕੀ ਹੈਗੀ ਹੈ ਕਿ ਆਪਾਂ ਸਿੱਖੀ ਦੀ ਸੇਵਾ ਕਰ ਰਹੇ ਹਾਂ ਗੱਲਾਂ ਕਰਕੇ? ਤੁਸੀਂ ਦੱਸੋ ਤੇ ਸਹੀ, ਉਹਨੇ ਕਿਹੜੀਆਂ ਕਿਹੜਾ ਐਡੀ ਬੱਜਰ ਗਲਤੀਆਂ ਜਾਂ ਸਿੱਖੀ ਨੂੰ ਜਿਹੜਾ ਐਡਾ ਦਾਗ ਲਾ ਰਿਹਾ ਆ ਉਹ ਲੋਕਾਂ ਨੂੰ ਵੀ ਪਤਾ ਲੱਗੇ। ਨਹੀਂ ਢੱਡਰੀਆਂ ਵਾਲਾ, ਹੁਣ ਤੁਸੀਂ ਮੇਰੀ ਗੱਲ ਸੁਣੋ, ਮੈਂ ਪਹਿਲਾਂ ਵੀ ਇਹ ਗੱਲ ਕੀਤੀ ਸੀ, ਪ੍ਰੈਸ ਸਾਹਿਬ ਨੇ ਮੇਰੀ ਉਸ ਗੱਲ ਦਾ ਜਵਾਬ ਨਹੀਂ ਦਿੱਤਾ। ਪ੍ਰੋਫੈਸਰ ਸਾਹਿਬ, ਤੁਹਾਡਾ ਸਾਥੀ ਹੋਵੇ, ਤੁਹਾਡੀ ਇਹ ਸੰਸਥਾ, ਤੁਹਾਡਾ ਸੰਸਥਾ ਦਾ ਨੁਮਾਇੰਦਾ ਹੋਵੇ, ਜੇ ਉਹ ਇਹ ਪ੍ਰਚਾਰ ਕਰੇਗੀ ਤੁਸੀਂ ਉਹਦੇ ਜਵਾਬ ਦੇਣੀ? ਹਲੀਮੀ ਵਰਤੀਏ, ਰਿਪੋਰਟ ਕੀ ਕਹਿੰਦੀ ਹੈ, ਰਿਪੋਰਟ ਦੇ ਨਾਲ ਕੀ ਕੌਮ ਨੂੰ, ਸੰਗਤ ਨੂੰ ਦੁਵਿਧਾ ਚ ਪਾਇਆ ਜਾ ਰਿਹਾ, ਤੇ ਗੁਰਤੇਜ ਸਿੰਘ ਹਰਾ ਤੋਂ ਵਾਪਸ ਆ ਕੇ ਸਵਾਲ ਪੁੱਛਣਾ ਜ਼ਰੂਰ ਬਣਦਾ ਕਿ ਢੱਡਰੀਆਂ ਵਾਲੇ ਨੇ ਕਿਹੜੀ ਗਲਤੀ ਕੀਤੀ ਹੈ ਜਿਸਦਾ ਮਾਫ਼ੀ ਤੋਂ ਬਿਨਾਂ ਹੱਲ ਨਹੀਂ ਨਿਕਲ ਸਕਦਾ, ਜਿਸਦਾ ਢੱਡਰੀਆਂ ਨੂੰ ਗਲੇ ਲਗਾ ਕੇ ਹੱਲ ਨਹੀਂ ਕੀਤਾ ਜਾ ਸਕਦਾ। ਅਸਲ ਵਿੱਚ ਵਜ੍ਹਾ ਹੈ ਕੀ ਹੈ, ਇਸ ਪਿੱਛੇ ਕੋਈ ਸਿਆਸਤ ਤਾਂ ਨਹੀਂ ਹੈਗੀ। ਵਾਪਸ ਆ ਰਹੇ, ਇੱਕ ਵਾਰ ਫਿਰ ਤੁਹਾਡਾ ਸਵਾਗਤ ਕਰਦੇ ਹਾਂ। ਇਸ ਚਰਚਾ ਦੇ ਦੌਰਾਨ ਹੀ ਢੱਡਰੀਆਂ ਵਾਲੇ ਦਾ ਵੀ ਬਿਆਨ ਸਾਹਮਣੇ ਆ ਗਿਆ, ਉਹਨਾਂ ਨੇ ਕਿਹਾ ਤਾ ਕਿ ਧਮਕੀਆਂ ਦੇਣ ਵਾਲਿਆਂ ਨੂੰ ਹੱਲਾਸ਼ੇਰੀ ਦਿੱਤੀ ਜਾ ਰਹੀ ਹੈ, ਜਿਹੜਾ ਵੀਡੀਓ ਸ਼ੇਅਰ ਕਰਨ ਵਾਲੀ ਗੱਲ ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਇਹ ਸੱਚ ਲੁਕਾਉਣਾ ਚਾਹੁੰਦੇ ਆ। ਪਹਿਲਾਂ ਢੱਡਰੀਆਂ ਵਾਲੇ ਨੂੰ ਸੁਣ ਲਈਓ, ਕਹਿ ਕੀ ਰਹੇ ਆ। ਬਹੁਤ ਜ਼ਿਆਦਾ ਧਮਕੀਆਂ ਆਉਂਦੀਆਂ ਅਤੇ ਤੁਸੀਂ ਉਹਦੇ 'ਤੇ ਮੋਹਰ ਲਾ ਰਹੇ ਹੋ, ਕੱਲ੍ਹ ਨੂੰ ਕੋਈ ਅਣਸੁਖਾਵੀਂ ਘਟਨਾ ਵਾਪਰਦੀ ਹੈ ਅਤੇ ਇਹਦਾ ਮਤਲਬ ਤੁਸੀਂ ਵੀ ਉਹਨੂੰ ਉਤਸ਼ਾਹਿਤ ਕਰ ਰਹੇ ਹੋ, ਇਹ ਸਿੱਧੀ ਸਿੱਧੀ ਧਮਕੀ ਹੈ। ਅਤੇ ਜਿਹੜੇ ਕਹਿੰਦੇ ਨੇ ਨਾ ਵੀ ਸੁਣੋ ਨਾ ਅਤੇ ਵੀਡੀਓ ਸ਼ੇਅਰ ਨਾ ਕਰੋ, ਉਹਨਾਂ ਵੀਡੀਓ ਵਿੱਚ ਵੀਰੋ, ਭਰਾਵੋ, ਭੈਣੋ, ਉਹ ਸੱਚ ਹੈ ਜਿਹੜਾ ਇਹ ਦੱਸਣਾ ਨਹੀਂ ਚਾਹੁੰਦੇ, ਉਹ ਸੱਚ ਹੈ ਜਿਹਨੂੰ ਇਹ ਲੁਕੋ ਕੇ ਰੱਖਣਾ ਚਾਹੁੰਦੇ ਨੇ, ਉਹਨਾਂ ਵੀਡੀਓ ਵਿੱਚ ਉਹ ਸੱਚ ਹੈ ਜਿਹੜਾ ਬੰਦੇ ਨੂੰ ਖੁਦ ਮੁਖਤਿਆਰ ਬਣਾਉਂਦਾ, ਉਹਨਾਂ ਵੀਡੀਓ ਵਿੱਚ ਉਹ ਸੱਚ ਹੈ ਜਿਹੜਾ ਇਹਨਾਂ ਦੇ ਪਾਜ ਉਗੇੜਦਾ, ਉਹਨਾਂ ਵੀਡੀਓ ਵਿੱਚ ਉਹ ਸੱਚ ਹੈ ਜਿਹੜਾ ਲੋਕਾਂ ਨੂੰ ਕਹਿੰਦਾ 267 ਸਰੂਪ ਕਿੱਧਰ ਗਏ। ਸਵਾਲ ਅਸੀਂ ਇਹ ਕਰ ਰਹੇ ਹਾਂ ਕਿ ਢੱਡਰੀਆਂ ਵਾਲੇ ਤੋਂ ਮਾਫ਼ੀ ਮੰਗਾ ਕੇ ਸ਼੍ਰੀ ਅਕਾਲ ਤਖਤ ਸਾਹਿਬ ਜਥਾ ਕਿਹੜਾ ਹੱਲ ਕੱਢਣ 'ਚ ਲੱਗਿਆ। ਗੁਰਤੇਜ ਸਿੰਘ ਜੀ, ਸਰ ਰਣਜੀਤ ਸਿੰਘ ਢੱਡਰੀਆਂ ਵਾਲੇ ਦਾ ਵੀ ਬਿਆਨ ਆ ਗਿਆ, ਉਹਨਾਂ ਨੇ ਸਾਫ਼ ਸਪਸ਼ਟ ਇਹ ਕਹਿ ਦਿੱਤਾ ਕਿ ਜਿਹੜੇ ਧਮਕੀਆਂ ਦੇ ਰਹੇ ਆ ਉਹਨਾਂ ਨੂੰ ਇਹ ਹੱਲਾਸ਼ੇਰੀ ਦੇਣ ਦੀ ਕੋਸ਼ਿਸ਼ ਹੈ। ਸਰ ਗੁਰਤੇਜ ਸਿੰਘ ਜੀ ਬਿਲਕੁਲ ਠੀਕ ਕਹਿ ਰਹੇ ਨੇ। ਦੇਖੋ ਇਹ ਜਿਹੜੀ ਲੈਂਗੁਏਜ ਹੈ ਇਸ ਦੇ ਉੱਤੇ ਮੈਨੂੰ ਬੜਾ ਇਤਰਾਜ਼ ਹੈ, ਸਾਡੇ ਵੀ ਕਿਸੇ ਵੀ ਨੁਮਾਇੰਦੇ ਕੋਲੋਂ, ਚਾਹੇ ਜਥੇਦਾਰ ਹੋਵੇ ਚਾਹੇ ਕੋਈ ਆਮ ਗੁਰਸਿੱਖ ਹੋਵੇ, ਇਸ ਤਰ੍ਹਾਂ ਦੀ ਭਾਸ਼ਾ ਦੇ ਵਿੱਚ ਕਿਸੇ ਨੂੰ ਐਡਰੈਸ ਨਹੀਂ ਕਰਨਾ ਚਾਹੀਦਾ। ਉਹ ਭਾਸ਼ਾ ਇਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ ਜਿਹੜੀ ਕਿ ਸਹੂਆਂ ਵਾਲੀ ਹੋਵੇ, ਇਹ ਸਹੂਆਂ ਵਾਲੀ ਹੈ ਨਹੀਂ। ਦੂਸਰੀ ਗੱਲ ਇਹ ਹੈ ਕਿ ਇੱਕ ਪਾਸੇ ਇੱਕ ਵਿਚਾਰਧਾਰਾ ਹੈ ਟਕਸਾਲ ਦੀ, ਉਸ ਵਿਚਾਰਧਾਰਾ ਨੂੰ ਪ੍ਰਮੋਟ ਕਰਨ ਵਾਸਤੇ ਦੂਸਰੀ ਵਿਚਾਰਧਾਰਾ ਨੂੰ ਦਬਾਇਆ ਜਾ ਰਿਹਾ, ਔਰ ਹੋ ਸਕਦਾ ਕਿ ਦੂਸਰੀ ਵਿਚਾਰਧਾਰਾ ਉਨੀ ਸਾਰਥਿਕ ਹੋਵੇ, ਔਰ ਹੋ ਸਕਦਾ ਉਸ ਨਾਲੋਂ ਜ਼ਿਆਦਾ ਸਾਰਥਿਕ ਹੋਵੇ। ਗੁਰੂ ਗ੍ਰੰਥ ਸਾਹਿਬ ਦੇ ਅਰਥਾਂ ਦੇ ਅਨੁਸਾਰ ਔਰ ਗੁਰੂ ਗ੍ਰੰਥ ਸਾਹਿਬ ਦੀ ਜੋ ਅੰਡਰਸਟੈਂਡਿੰਗ ਸਾਡੇ ਕੋਲ ਗੁਰੂ ਸਾਹਿਬਾਨ ਦੇ ਰਾਹੀਂ ਆ ਰਹੀ ਹੈ, ਉਸ ਦੇ ਅਨੁਸਾਰ ਢੱਡਰੀਆਂ ਵਾਲੇ ਦੇ 90% ਪ੍ਰਚਾਰ ਮੈਂ ਕਹਿ ਸਕਦਾ ਕਿ ਬਿਲਕੁਲ ਠੀਕ ਹੈ, ਔਰ ਟਕਸਾਲ ਵਾਲਿਆਂ ਦਾ ਜਿਹੜਾ ਪ੍ਰਚਾਰ ਚੱਲ ਰਿਹਾ ਹੈ ਉਹ ਸਿਰਫ ਉਸ ਲੀਹਾਂ ਦੇ ਉੱਤੇ ਚੱਲ ਰਿਹਾ ਹੈ ਜਿਹੜੀਆਂ ਕਿ ਇਹ ਹਿੰਦੂ ਮਿਥਿਹਾਸ ਦੀਆਂ ਲੀਹਾਂ ਦੇ ਉੱਤੇ, ਜਿਸ ਦਾ ਨਤੀਜਾ ਇਹ ਹੈ ਕਿ ਪ੍ਰਧਾਨ ਮੰਤਰੀ ਔਰ ਇਕਬਾਲ ਸਿੰਘ ਵਰਗੇ ਇਸ ਤਰ੍ਹਾਂ ਦੇ ਬਿਆਨ ਦੇ ਸਕਦੇ ਨੇ। ਸੋ ਇਹ ਜ਼ਾਹਰਾ ਤੌਰ ਦੇ ਉੱਤੇ ਗਲਤ ਹੈ, ਲੇਕਿਨ ਇਹਨਾਂ ਇਹ ਇੱਕ ਪਾਸੇ ਨੂੰ ਸਪੋਰਟ ਕੀਤਾ ਜਾ ਰਿਹਾ, ਦੂਸਰੇ ਪਾਸੇ ਨੂੰ ਸਪਰੈਸ ਕੀਤਾ ਜਾ ਰਿਹਾ, ਇਹ ਗੱਲ ਗਲਤ ਹੈ। ਔਰ ਇਸ ਦੇ ਬਾਰੇ ਜੇ ਨਿਰਣਾ ਕਰਨਾ ਹੋਵੇ ਤਾਂ ਬੈਠ ਕੇ ਸਮੇਂ ਦੇ ਨਾਲ ਨਿਰਣਾ ਕਰਨਾ ਚਾਹੀਦਾ, ਕਿਸੇ ਨੂੰ ਸਮਨਜ਼ ਭੇਜ ਕੇ, ਕਿਸੇ ਨੂੰ ਇਹ ਕਹਿ ਕੇ ਤੁਸੀਂ ਇਹਦੇ ਪੇਸ਼ ਹੋ ਜਾਓ, ਉਹਦੇ ਪੇਸ਼ ਹੋ ਜਾਓ, ਕਮੇਟੀ ਆਪੇ ਬਣਾ ਕੇ
ਕਮੇਟੀ ਬਣਾਉਣੀ ਸੀ ਦੋਨਾਂ ਧਿਰਾਂ ਨੂੰ ਬੈਠ ਕੇ ਬਣਾਉਣੀ ਚਾਹੀਦੀ ਸੀ। ਗੁਰਤੇਜ ਸਿੰਘ ਜੀ, ਗੁਰਤੇਜ ਸਿੰਘ ਜੀ ਸਰ, ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਕਿ ਕਮੇਟੀ ਬਣਾਉਣੀ ਚਾਹੀਦੀ ਸੀ, ਉਹਦੇ ਵਿੱਚ ਉਹਨਾਂ ਦੇ ਵੀ ਨੁਮਾਇੰਦੇ ਸ਼ਾਮਿਲ ਕਰਨੇ ਚਾਹੀਦੇ। ਮੇਰਾ ਸਵਾਲ ਹੈ ਗੁਰਤੇਜ ਸਿੰਘ ਜੀ, ਜੇ ਟਕਸਾਲ ਅਤੇ ਢੱਡਰਿਆਂ ਵਾਲੇ ਹਰਾਂ ਨੂੰ ਸਾਹਮਣੇ ਬਿਠਾ ਕੇ ਜਹੇਦਾਰ ਸਾਹਿਬ ਗੱਲਬਾਤ ਕਰਨ ਦਾ ਮਸਲੇ ਦਾ ਹੱਲ ਨਿਕਲ ਸਕਦਾ, ਜਾਂ ਇਹ ਸਿਰਫ ਇੱਕ ਸੋਚ ਹੀ ਸਕਦੇ ਆਪਾਂ, ਇੱਦਾਂ ਹੋ ਨਹੀਂ ਸਕਦਾ? ਆ ਰਿਹਾ ਗਰੇਵਾਲ ਸਾਹਿਬ, ਆ ਰਿਹਾ। ਦੇਖੋ ਅੱਜ ਕੱਲ੍ਹ ਕੀ ਹੁੰਦਾ ਹੈ, ਅੱਜ ਕੱਲ੍ਹ ਤੁਸੀਂ ਕਰ ਰਹੇ ਹੋ ਗੱਲਬਾਤ, ਇਸੇ ਤਰ੍ਹਾਂ ਹੀ ਗੱਲਬਾਤ ਹੋ ਸਕਦੀ ਹੈ। ਢੱਡੀਆਂ ਵਾਲੇ ਦਾ ਪੱਖ ਲੈ ਲਓ, ਉਸਦੇ ਸਾਹਮਣੇ ਟਕਸਾਲ ਵਾਲੇ ਦਾ ਪੱਖ ਲੈ ਲਓ, ਨਿਰਣਾ ਲੈ ਲਓ, ਸਿਰਫ ਕੌਮ ਦਾ ਲੈ ਲਓ, ਜਹੇਦਾਰ ਆਪ, ਬਾਕੀ ਸਾਰੇ ਲੋਕ ਜਿਹੜੇ ਗਿਆਨੀ ਹਨਗੇ, ਜਾਣਨ ਵਾਲੇ ਨੇ, ਉਹ ਆਪਣਾ ਨਿਰਣਾ ਦੇ ਦੇਣ ਤਾਂ ਸਾਰਾ ਕੁਛ ਹੋ ਜਾਂਦਾ ਹੈ। ਠੀਕ ਹੈ, ਲੇਕਿਨ ਇਹ ਜਿਹੜਾ ਗੁਰੂ ਸਾਹਿਬ ਦਾ ਮੈਥਡ ਸੀ ਡਾਇਲੋਗ ਦਾ, ਉਹਨੂੰ ਅਡੋਪਟ ਨਹੀਂ ਕਰ ਰਹੇ, ਇਹ ਇੱਕ ਪੱਖ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੇ ਹੈ, ਜਿਸ ਦਾ ਨਤੀਜਾ ਕੋਈ ਨਿਕਲਣਾ ਨਹੀਂ। ਠੀਕ ਹੈ, ਠੀਕ ਹੈ। ਪ੍ਰਸਮਨਜੀਤ ਸਿੰਘ ਜੀ, ਜਿਹੜਾ ਸਵਾਲ ਮੈਂ ਗੁਰਤੇਜ ਸਿੰਘ ਨੂੰ ਕੀਤਾ, ਇਹੀ ਸਵਾਲ ਤੁਹਾਨੂੰ ਕਰ ਰਿਹਾ ਸਰ, ਕੋਈ ਹੱਲ ਨਿਕਲ ਸਕਦਾ ਸਰ? ਆਪਾਂ ਤਾਂ ਹਮੇਸ਼ਾ ਹੀ ਚਰਚਾ ਕਰਦੇ ਹਾਂ ਕਿ ਮਸਲਾ ਖੜਾ ਕਿਉਂ ਹੋਇਆ, ਕਲੇਸ਼ ਪੈ ਕਿਉਂ ਗਿਆ, ਰਫੜ ਪੈ ਕਿਉਂ ਗਿਆ, ਸਰ ਆਪਾਂ ਹੱਲ ਵੱਲ ਕਦੇ ਨਹੀਂ ਜਾਂਦੇ ਪਏ। ਬਿਲਕੁਲ ਬਿਲਕੁਲ, ਅਸਲ 'ਚ ਸਵਾਲ ਆ ਬੇਭਰੋਸਗੀ ਦਾ। ਜੇ ਆਪਾਂ ਮੇਰੇ ਬਿਲਕੁਲ ਮੇਰਾ ਇਹ ਸੋਚਣਾ ਹੈ ਕਿ ਜੇ ਅਸੀਂ ਸਾਰਿਆਂ ਨੂੰ ਇਸੇ ਤਰ੍ਹਾਂ ਹੀ ਪੇਸ਼ ਆਈ ਜਾਵਾਂਗੇ, ਧਮਕੀਆਂ ਦੇਈ ਜਾਵਾਂਗੇ, ਤੇ ਜਗ੍ਹਾ ਜਗ੍ਹਾ ਲੋਕ ਬਗਾਵਤ ਕਰਨਗੇ, ਕਿਹਨੂੰ ਕਿਹਨੂੰ ਤੁਸੀਂ ਮੂੰਹ ਬੰਦ ਕਰੋਗੇ, ਕਿਹਨੂੰ ਕਿਹਨੂੰ ਰੋਕੋਗੇ, ਫਿਰ ਸਿੱਖੀ ਕੁਛ ਕੁ ਚੰਦ ਕੁ ਬੰਦਿਆਂ ਦੀ ਰਹਿ ਜੂਗੀ, ਜਿਹੜੇ ਆਪਸ ਵਿੱਚ ਵੋਟਾਂ ਪਾ ਕੇ ਆਪਸ ਵਿੱਚ ਹੀ ਇੱਕ ਦੂਜੇ ਨਾਲ ਗੱਲ ਕਰਕੇ ਥਾਪੜਾ ਦੇ ਦੇਣਗੇ, ਪਰ ਉਹ ਵੀ ਇਕੱਠੀ ਨਹੀਂ ਰਹਿ ਪਾਊਗੀ, ਕਿਉਂਕਿ ਉਹਦੇ ਵਿੱਚ ਵੀ ਫਿਰ ਕੋਈ ਕਹੂਗਾ ਮੈਂ ਜ਼ਿਆਦਾ ਸੱਚਾ, ਮੇਰੀ ਡਾਂਗ ਵੱਡੀ ਆ, ਮੇਰੀ ਬੰਦੂਕ ਜ਼ਿਆਦਾ ਦੂਰ ਤੱਕ ਮਾਰ ਕਰਦੀ ਹੈ। ਬਿਲਕੁਲ ਜਿਹੜਾ ਗੁਰਤੇਜ ਸਿੰਘ ਜੀ ਗੱਲ ਕਹਿ ਰਹੇ ਆ, ਸਿੱਖੀ ਤੇ ਨਿਮਰਤਾ, ਸਹਿਜ ਸੋਚ, ਕੋਆਪਰੇਸ਼ਨ, ਡਾਇਲੋਗ ਸਭ ਤੋਂ ਇੰਪੋਰਟੈਂਟ। ਗੁਰੂ ਨਾਨਕ ਦੇਵ ਜੀ ਗਏ ਨਹੀਂ ਜਗ੍ਹਾ ਜਗ੍ਹਾ, ਮੱਕੇ ਤੋਂ ਡਰੇ ਕਿਤੇ ਜਾ ਕੇ, ਉਹ ਤੇ ਜਿਹੜੇ ਵਿਰੋਧੀ ਧਰਮ ਸੀ ਜਿਹੜੇ ਸਾੜ ਦਿੰਦੇ ਸੀ ਜੀ ਦੇ ਬੰਦੇ ਨੂੰ, ਉੱਥੇ ਜਾ ਕੇ ਗੱਲਾਂ ਕਰਦੇ ਰਹੇ ਆ। ਜੇ ਅੱਜ ਆਪਣੇ ਗੁਰੂ ਨਾਨਕ ਦੇਵ ਜੀ ਤੋਂ ਸਾਡੀ ਸੰਸਥਾ ਤੇ ਉੱਪਰ ਨਹੀਂ ਹੋ ਚੁੱਕੀ, ਜੇ ਉਹ ਬਿਲਕੁਲ ਕੋਈ ਬੇਵਿਸ਼ਵਾਸੀ ਹੋ ਗਈ ਆ, ਤੇ ਮੈਨੂੰ ਕੋਈ ਵੱਡੀ ਗੱਲ ਇਹ ਹਉਮੈ ਵਾਲੀ ਨਹੀਂ ਗੱਲ ਲੱਗਦੀ ਕਿ ਖੁਦ ਅਕਾਲ ਤਖਤ ਦੇ ਜਥੇਦਾਰ ਸਾਹਿਬ ਇੱਕ ਵਾਰੀ ਫੋਨ ਕਰਕੇ ਕਹਿੰਦੇ ਕਿ ਦੇਖੋ ਜੇ ਤੁਹਾਨੂੰ ਕਮੇਟੀ ਤੇ ਵਿਸ਼ਵਾਸ ਨਹੀਂ, ਮੈਨੂੰ ਹੁਕਮ ਕਰੋ, ਮੈਨੂੰ ਇਜਾਜ਼ਤ ਦਿਓ, ਮੈਂ ਤੁਹਾਨੂੰ ਆ ਕੇ ਮਿਲ ਲੈਣਾ, ਉਹਦੀ ਕੋਈ ਇਹੋ ਜਿਹੀ ਗੱਲ ਨਹੀਂ। ਠੀਕ ਹੈ ਸਰ, ਜੇ ਆਪਾਂ ਹਉਮੈ ਭਰ ਕੇ ਬੈਠੇ ਰਵਾਂਗੇ ਆਪਣੇ ਆਪ ਚ, ਤਾਂ ਫਿਰ ਮੇਰਾ ਖਿਆਲ ਆਪਾਂ ਸਿੱਖੀ ਦੀ ਸੇਵਾ ਨਹੀਂ, ਨਾ ਇਹ ਸਿੱਖੀ ਸਪਿਰਿਟ ਹੈਗੀ ਹੈ। ਠੀਕ ਹੈ ਸਰ, ਸਿੱਖੀ ਤੇ ਹਉਮੈ ਨੂੰ ਤੋੜਦੀ ਹੈ, ਉਹਦੇ ਨਿਮਰਤਾ ਲਿਆਉਂਦੀ ਹੈ। ਅਸੀਂ ਇੱਥੇ ਧਮਕੀਆਂ ਦੇ ਰਹੇ ਹਾਂ, ਜਹੇਦਾਰ ਸਾਹਿਬ ਬਹੁਤ ਪੜ੍ਹੇ ਲਿਖੇ ਆ, ਬੜੀ ਹਲੀਮੀ ਵੀ ਹੈਗੀ ਉਹਨਾਂ 'ਚ। ਮੈਂ ਨਹੀਂ ਕਹਿੰਦਾ ਮੈਂ ਅੱਜ ਦੀ ਪ੍ਰੈਸ ਰਿਲੀਜ਼ ਤੋਂ ਜਾਂ ਉਹਨਾਂ ਦੇ ਬਿਆਨਾਂ ਤੋਂ ਇਹ ਨਹੀਂ ਉਹਨਾਂ ਨੂੰ ਸਾਬਤ ਕਰਨਾ ਚਾਹੁੰਦਾ ਕਿ ਜਹੇਦਾਰ ਸਾਹਿਬ ਬਹੁਤ ਸਖਤ ਲਹਿਜੇ ਵਿੱਚ ਗੱਲ ਕਰਦੇ ਆ, ਬਹੁਤ ਹਲੀਮੀ ਹੈਗੀ ਆ, ਬੜੇ ਪੜ੍ਹੇ ਲਿਖੇ ਆ ਉਹ। ਢੱਡਰੀਆਂ ਵਾਲਿਆਂ ਹਰਾਂ ਦੇ ਵਿੱਚ ਬੜੀ ਹਲੀਮੀ ਆ, ਉਹ ਵੀ ਕਹਿੰਦੇ ਕਿ ਮੈਂ ਆਪਦੇ ਆਪ ਨੂੰ ਬਦਲਿਆ, ਬਦਲਾ ਲਿਆਂਦਾ ਮਾਧਿਅਮ 'ਚ। ਸਰ ਦੋਨੋਂ ਧਿਰਾਂ ਦੇ ਵਿੱਚ ਗੱਲਬਾਤ ਹੋ ਜਾਵੇ ਸਰ, ਇਤਰਾਜ਼ ਕੀ ਹੈਗਾ? ਇਹਦੇ ਨਾਲ ਕੋਈ ਨੀਵਾਂ ਥੋੜ੍ਹੀ ਹੋ ਜਾਊਗਾ ਸਰ? ਗੋਸ਼ਟੀਆਂ ਰਚਾਉਣਾ ਸਰ, ਸਮਾਜ ਰਚਾਉਣਾ ਸਾਡੇ ਸਿਧਾਂਤ ਵਿੱਚ ਹੈ। ਅੱਜ ਦੀ ਡਿਬੇਟ ਦੇ ਵਿੱਚ ਇੱਕ ਬੜਾ ਬੜਾ ਗਲਤ ਵਿਸ਼ਾ ਧਮਕੀਆਂ ਵਾਲਾ ਆਇਆ, ਕਿਰਪਾ ਕਰਕੇ ਮੇਰੇ ਤੋਂ ਜ਼ਰੂਰ ਲੈ ਲਿਓ। ਮੈਂ ਉਸ ਤੋਂ ਪਹਿਲਾਂ ਦੋਨੇ ਪੈਨਲਿਸਟ ਮੇਰੇ ਸਤਿਕਾਰਯੋਗ ਨੇ, ਦੋਨਾਂ ਨੇ ਗੱਲ ਕੀਤੀ ਆ ਕਿ ਸੰਵਾਦ ਹੋਣਾ ਚਾਹੀਦਾ, ਗੁਰੂ ਨਾਨਕ ਸਾਹਿਬ ਦੀ ਗੱਲ ਕੀਤੀ ਆ। ਤੁਸੀਂ ਮੈਨੂੰ ਇਹ ਦੱਸੋ, ਜੇ ਤੁਸੀਂ ਸੱਚੇ ਮਨ ਨਾਲ ਨਿਆਂ ਕਰਦੇ ਹੋ ਤਾਂ ਅੱਜ ਤੱਕ ਜਥੇਦਾਰ ਸਾਹਿਬ ਅੱਜ ਤੱਕ ਵੀ ਸੰਵਾਦ ਕਰਨ ਦੇ ਰੌਂ ਵਿੱਚ ਨੇ। ਉਹਨਾਂ ਨੇ ਕਿਹਾ ਕਿ ਇਹ ਆਖਰੀ ਗੱਲ ਕੀਤੀ ਗਈ ਹੈ, ਇਸ ਤੋਂ ਬਾਅਦ ਫੈਸਲਾ ਵੱਡਾ ਲਿਆ ਜਾ ਸਕਦਾ। ਜੇ ਕਮੇਟੀ ਨੇ ਕਿਹਾ ਇੱਕ ਵਾਰ ਨਹੀਂ ਗਏ, ਦੋ ਵਾਰ ਨਹੀਂ ਗਏ, ਤਿੰਨ ਵਾਰ ਨਹੀਂ ਗਏ, ਤੁਸੀਂ ਮੈਨੂੰ ਦੱਸੋ ਕਿ ਕਿੰਨਾ ਹੋਰ ਵੀ ਭਾਈ ਅਮਰੀਕ ਸਿੰਘ ਹੋਣੀ ਕਹਿੰਦੇ ਸੀ ਵਿਚਾਰ ਕਰਨੀ ਆ, ਹੋਰ ਸੰਸਥਾਵਾਂ ਨੇ ਕਿਹਾ ਵਿਚਾਰ ਕਰਨੀ ਆ, ਕੀ ਢੱਡਰੀਆਂ ਵਾਲੇ ਇੱਕੋ ਇੱਕ ਐਸੇ ਮਹਾਨ ਹੋ ਗਏ? ਉਸ ਤੋਂ ਪਹਿਲਾਂ ਕੋਈ ਬੁੱਧੀਜੀਵੀ ਨਹੀਂ ਆਇਆ, ਗਰੇਵਾਲ ਸਾਹਿਬ ਕੋਈ ਸੰਤ ਮਹਾਂਪੁਰਸ਼, ਉਹ ਤੋਂ ਪਹਿਲਾਂ ਇਤਿਹਾਸ ਦੇ ਖੋਜੀ ਨਹੀਂ ਆਏ, ਗਰੇਵਾਲ ਸਾਹਿਬ ਇੱਕੋ ਇੱਕ ਸਿਰਫ ਮਹਾਨ ਬੰਦਾ ਵਾ। ਮੇਰੀ ਗੱਲ ਸੁਣੋ, ਜੇ ਸੰਵਾਦ ਕੀਤਾ, ਸੰਵਾਦ ਅੱਜ ਵੀ ਆ, ਜਹੇਦਾਰ ਸਾਹਿਬ ਨੇ ਅੱਜ ਵੀ ਸੰਵਾਦ ਲਈ ਰਸਤਾ ਛੱਡਿਆ, ਖੁੱਲਾ ਰੱਖਿਆ। ਕਮੇਟੀ ਨੇ ਕਾਹਦੇ ਲਈ ਗੱਲ ਕੀਤੀ ਸੀ ਵੀ ਅਸੀਂ ਗੱਲਬਾਤ ਕਰਨ ਲਈ ਤਿਆਰ ਹਾਂ? ਹੁਣ ਜਿਹੜੀ ਗੱਲ ਤੁਸੀਂ ਕਰਦੇ ਹੋ, ਦੇਖੋ ਇਸ ਗੱਲ ਨੂੰ ਗਲਤ ਇੰਟਰਪ੍ਰੀਟ ਨਾ ਕਰੋ, ਕਿਰਪਾ ਕਰਕੇ। ਸਿੱਖਾਂ ਦੀ ਬਹੁਤ ਵੱਡੀ ਉੱਚੀ ਸੁੱਚੀ ਭਾਵਨਾ ਨਾਲ ਸੰਬੰਧਤ ਆ, ਅਕਾਲ ਤਖ਼ਤ ਦੇ ਜਥੇਦਾਰ ਨੇ ਕਿਸੇ ਨੂੰ ਧਮਕੀ ਨਹੀਂ ਦਿੱਤੀ। ਤੁਸੀਂ ਮੈਨੂੰ ਦੱਸੋ ਵੀ ਪਹਿਲਾਂ ਅਕਾਲ ਤਖ਼ਤ ਸਾਹਿਬ ਜਦ ਜਥੇਦਾਰ ਨੇ ਕੋਈ ਫੈਸਲਾ ਨਹੀਂ ਸੀ ਸੁਣਾਇਆ ਤਾਂ ਵੀ ਜਿਹੜੇ ਢੱਡਰੀਆਂ ਵਾਲੇ ਦੇ ਦੀਵਾਨ ਜਿਹੜੇ ਆ ਰੋਕੇ ਗਏ? ਮੇਰੀ ਸੁਣ ਲਓ ਗੱਲ ਪੂਰੀ ਕਰ ਦਿਓ ਜੀ, ਕੇਪੀ ਜੀ, ਦੀਵਾਨ ਰੋਕੇ ਗਏ, ਉੱਥੇ ਖਲਰ ਪੈਣ ਦਾ ਖਦਸ਼ਾ ਸੀ। ਅੱਜ ਜਥੇਦਾਰ ਸਾਹਿਬ ਨੇ ਜਿਹੜਾ ਬਿਆਨ ਦਿੱਤਾ, ਇਸ ਤੋਂ ਬਾਅਦ ਜੇ ਦੀਵਾਨ ਰੁਕਦੇ ਆ ਤੇ ਉੱਥੇ ਜੇ ਕਿਸੇ ਤਰ੍ਹਾਂ ਦੀ ਕੋਈ ਗੜਬੜ ਹੁੰਦੀ ਆ,
ਗੁਰੂ ਗ੍ਰੰਥ ਸਾਹਿਬ ਜੀ ਦੇ ਹਾਜ਼ਰੀ ਚ ਕਿਸੇ ਤਰ੍ਹਾਂ ਦੀ ਕੋਈ ਐਸਾ ਮਸਲਾ ਇਹ ਵੀ ਧਮਕੀ ਆ ਗਰੇਵਾਲ ਸਾਹਿਬ ਇਹ ਵੀ ਧਮਕੀ ਆ ਗਰੇਵਾਲ ਸਾਹਿਬ ਇਹ ਵੀ ਧਮਕੀ ਆ ਇਹ ਵੀ ਧਮਕੀ ਆ ਸਰ ਧਮਕੀ ਕੀ ਹੁੰਦੀ ਹੈ ਗਰੇਵਾਲ ਸਾਹਿਬ ਇੱਕ ਮਿੰਟ ਸਰ ਗਰੇਵਾਲ ਸਾਹਿਬ ਇੱਕ ਮਿੰਟ ਸਰ ਸਵਾਲ ਤਾਂ ਸੁਣ ਲਓ ਨਾ ਆਪਾਂ ਸਵਾਲ ਕਿਉਂ ਨਹੀਂ ਸੁਣਦੇ ਪਏ ਆਪਾਂ ਸੁਣ ਸਭ ਤੋਂ ਜ਼ਿਆਦਾ ਗਰੇਵਾਲ ਸਾਹਿਬ ਸਭ ਤੋਂ ਜ਼ਿਆਦਾ ਵਕਤ ਗਰੇਵਾਲ ਸਾਹਿਬ ਇੱਕ ਮਿੰਟ ਪਲੀਜ਼ ਪ੍ਰਸਮਨਜੀਤ ਸਿੰਘ ਜੀ ਇੱਕ ਮਿੰਟ ਗੁਰਦੇਵ ਸਿੰਘ ਜੀ ਇੱਕ ਮਿੰਟ ਗਰੇਵਾਲ ਸਾਹਿਬ ਸਰ ਗਰੇਵਾਲ ਸਾਹਿਬ ਆਪਾਂ ਸਵਾਲ ਤਾਂ ਸੁਣ ਲਈਏ ਨਾ ਸਰ ਆਪਾਂ ਕਿਉਂ ਇੱਕ ਮਿੰਟ ਸਰ ਆਪਾਂ ਮੈਂ ਕੇਪੀ ਜੀ ਆਪਾਂ ਇਹਨੇ ਗੁੱਸੇ 'ਚ ਕਿਉਂ ਆਏ ਪਏ ਗਰੇਵਾਲ ਸਾਹਿਬ ਕੇਪੀ ਜੀ ਅੱਧਾ ਮਿੰਟ ਦਿਓ ਸਰ ਗੁੱਸਾ ਤਾਂ ਮੈਨੂੰ ਆਉਂਦਾ ਤੁਹਾਨੂੰ ਕਿਉਂ ਆ ਰਿਹਾ ਅੱਜ ਮੇਰੀ ਸੁਣੋ ਕੋਈ ਗੱਲ ਮੈਨੂੰ ਤਾਂ ਆ ਹੀ ਨਹੀਂ ਰਿਹਾ ਗੱਲ ਕਰਦਾ ਜਹਿਦਾਰ ਸਾਹਿਬ ਨੇ ਇਸ ਖਦਸ਼ੇ ਨੂੰ ਵੀ ਕੱਲ ਨੂੰ ਕਿਸੇ ਤਰ੍ਹਾਂ ਦੀ ਘਟਨਾ ਨਾ ਵਾਪਰੇ ਪਹਿਲਾਂ ਜਹਿਦਾਰ ਨੇ ਫੈਸਲਾ ਨਹੀਂ ਸੁਣਾਇਆ ਦੀਵਾਨ ਤਾਂ ਵੀ ਉਹਦਾ ਗਰੇਵਾਲ ਸਾਹਿਬ ਸਰ ਇੱਕ ਮਿੰਟ ਸਵਾਲ ਤਾਂ ਸੁਣ ਲਓ ਸਰ ਗਰੇਵਾਲ ਸਾਹਿਬ ਸਵਾਲ ਤਾਂ ਸੁਣ ਲਓ ਸਰ ਸਰ ਸੁਣ ਲਓ ਸਵਾਲ ਸਰ ਇਹ ਪਰ ਰਿਪੀਟ ਕਰ ਰਹੇ ਹਾਂ ਗੱਲਾਂ ਰਿਪੀਟ ਕਰ ਰਹੇ ਹਾਂ ਗਰੇਵਾਲ ਸਾਹਿਬ ਸਰ ਮੈਨੂੰ ਇੱਕ ਚੀਜ਼ ਦੱਸ ਦਿਓ ਅੱਜ ਤੀਕਰ ਕਿਸੇ ਹੋਰ ਸੰਸਥਾ ਦਾ ਟਕਸਾਲ ਦਾ ਕੋਈ ਸਮਾਗਮ ਸਰ ਤੁਸੀਂ ਰੱਦ ਕਰਵਾਇਆ ਜਾਂ ਰੋਕਿਆ ਇਤਿਹਾਸ ਦੇ ਵਿੱਚ ਕੁਝ ਹੋਇਆ ਇਹੋ ਜਿਹਾ ਜਥੇਦਾਰ ਸਾਹਿਬ ਨੇ ਨਹੀਂ ਕਿਹਾ ਦੋ ਰੋਕਰ ਦੀ ਗੱਲ ਨਹੀਂ ਕੀਤੀ ਉਹਨਾਂ ਨੇ ਕਿਹਾ ਵੀ ਜੇ ਕੋਈ ਘਟਨਾ ਵਾਪਰ ਗਈ ਸਰ ਗਰੇਵਾਲ ਸਾਹਿਬ ਮੇਰਾ ਸਵਾਲ ਹੋਰ ਹੈ ਸਰ ਮੇਰਾ ਸਵਾਲ ਹੋਰ ਹੈ ਟਕਸਾਲ ਦਾ ਕਦੇ ਕੋਈ ਪ੍ਰੋਗਰਾਮ ਅੱਜ ਤੱਕ ਰੋਕਿਆ ਗਿਆ ਮੈਂ ਕਿੱਥੇ ਗੱਲ ਸਪਸ਼ਟ ਕਰ ਦਿਆਂ ਗਲਤ ਧਾਰਨਾ ਨਾ ਬਣਾਈ ਜਾਵੇ ਟਕਸਾਲ ਦੇ ਬਾਰੇ ਤੇ ਟਕਸਾਲ ਦੀ ਹਮਾਇਤ ਨਹੀਂ ਹੈਗੀ ਤੇ ਢੱਡਰੀਆਂ ਵਾਲੇ ਦਾ ਵਿਰੋਧ ਨਹੀਂ ਹੈਗਾ ਨਿੱਜੀ ਤੌਰ ਤੇ ਨਿੱਜੀ ਜ਼ਿਕਰ ਕਰਨਾ ਫਿਰ ਉਹ ਕਿੰਨੇ ਕਿੰਨੇ ਬੁਲਾਰੇ ਰਹੇ ਆ ਵੀ ਇਹ ਵੀ ਰਿਕਾਰਡ ਕੱਢ ਲਓ ਸਰ ਫਿਰ ਤੁਸੀਂ ਗਰੇਵਾਲ ਸਾਹਿਬ ਦਾਦੂਵਾਲ ਨੇ ਕਿਹਾ ਕਿ ਇਹ ਮਤ ਸਮਝੇ ਜਿਹੜਾ ਆਪਣੇ ਅੰਦਰ ਵੀ ਪਰਮੇਸ਼ਵਰ ਦੁਆਰ ਦੇ ਦੀਵਾਨ ਲਾਉਣਗੇ ਅਸੀਂ ਉਸਦੇ ਉੱਤੇ ਵੀ ਕਿਸੇ ਕਿਸਮ ਦੀ ਇੰਟਰਫੀਰੈਂਸ ਕਰ ਸਕਦੇ ਹਾਂ ਅਸੀਂ ਇਜਾਜ਼ਤ ਨਹੀਂ ਦਿਆਂਗੇ ਅਸੀਂ ਬਿਲਕੁਲ ਉਹਦਾ ਮੂੰਹ ਬੰਦ ਕਰਕੇ ਰੱਖਾਂਗੇ ਠੀਕ ਹੈ ਸਰ ਕੀ ਤੁਸੀਂ ਦਾਦੂਵਾਲ ਨੂੰ ਜਾਂ ਉਹਨਾਂ ਬੰਦਿਆਂ ਨੂੰ ਸੈਂਸਰ ਕੀਤਾ ਕਦੀ ਕਿ ਤੁਸੀਂ ਧਮਕੀਆਂ ਕੋ ਦਿੰਨੇ ਆ ਦੱਸੋ ਸਾਨੂੰ ਕੋਈ ਫੈਸਲਾ ਲਿਆ ਇਹਦੇ ਚ ਇੰਜ ਨਾ ਕਰੋ ਨਹੀਂ ਹੁਣ ਤੁਸੀਂ ਗੱਲ ਬੰਦਿਆਂ ਨੂੰ ਹੁਣ ਤੁਸੀਂ ਗੱਲ ਆ ਵੀ ਕਰ ਰਹੇ ਹੋ ਠੀਕ ਹੈ ਸਰ ਠੀਕ ਹੈ ਗਰੇਵਾਲ ਸਾਹਿਬ ਮੇਰੇ ਕੋਲ ਵਕਤ ਨਹੀਂ ਹੈ ਸਰ ਵਕਤ ਨਹੀਂ ਹੈ ਗੁਰਦੇਵ ਸਿੰਘ ਜੀ ਸਰ ਪਲੀਜ਼ ਗਰੇਵਾਲ ਸਾਹਿਬ ਵਕਤ ਨਹੀਂ ਹੈ ਸਰ ਵਕਤ ਨਹੀਂ ਹੈ ਪਲੀਜ਼ ਗਰੇਵਾਲ ਸਾਹਿਬ ਤੁਹਾਡੀ ਆਵਾਜ਼ ਹੀ ਨਹੀਂ ਪਹੁੰਚ ਰਹੀ ਫਾਇਦਾ ਕੋਈ ਨਹੀਂ ਗੱਲ ਕਰਦਾ ਗੁਰਦੇਵ ਸਿੰਘ ਜੀ ਸਰ ਲਾਸਟ ਕਮੈਂਟ ਤੁਹਾਡਾ ਸਰ ਇਹਦਾ ਮਤਲਬ ਕੋਈ ਹੱਲ ਨਹੀਂ ਨਿਕਲੂਗਾ ਸਰ ਜਿਸ ਤਰੀਕੇ ਨਾਲ ਸਭ ਕੁਝ ਬਹਿਸ ਚੱਲ ਰਹੀ ਹੈ ਇਹਦਾ ਹੱਲ ਨਿਕਲਦਾ ਹੈ ਹਾਂ ਜਿਹੜੀਆਂ ਗੱਲਾਂ ਇਤਰਾਜ਼ਯੋਗ ਹਨਗੀਆਂ ਉਹ ਇਹਨਾਂ ਨੂੰ ਆਇਡੈਂਟੀਫਾਈ ਕਰਨੀਆਂ ਚਾਹੀਦੀਆਂ ਔਰ ਉਹਨਾਂ ਕੋਲੋਂ ਵੀਡੀਓ ਦੇ ਰਾਹੀਂ ਜੇ ਬਹੁਤਾ ਨਹੀਂ ਕੁਝ ਹੋ ਸਕਦਾ ਤਾਂ ਵੀਡੀਓ ਦੇ ਰਾਹੀਂ ਤੁਸੀਂ ਐਕਸਪਲੇਨੇਸ਼ਨ ਮੰਗੋ ਉਹ ਵੀਡੀਓ ਦੇ ਰਾਹੀਂ ਇਹਨਾਂ ਨੂੰ ਜਵਾਬ ਦੇ ਦੇਣਗੇ ਮੰਗੀ ਗਈ ਹੈ ਜੀ ਮੰਗੀ ਗਈ ਕਰਨ ਦਿਓ ਮੰਗੀ ਗਈ ਬਹੁਤ ਵਾਰ ਮੰਗੀ ਗਈ ਹੈ ਸਰ ਤੁਹਾਡੇ ਵਰਗੀਆਂ ਧਿਰਾਂ ਵਿੱਚ ਪੈਸਾ ਦੀਆਂ ਗੁਰਤੇਜ ਸਿੰਘ ਜੀ ਸਰ ਸਰ ਜੇ ਮਸਲਾ ਹੱਲ ਕਰਨਾ ਗੁਰਤੇਜ ਸਿੰਘ ਜੀ ਡਾਇਲੋਗ ਗੁਰਤੇਜ ਸਿੰਘ ਜੀ ਐਸਟੈਬਲਿਸ਼ ਕਰੋ ਤੁਹਾਡੇ ਵਰਗੀਆਂ ਧਿਰਾਂ ਵਿੱਚ ਪੈਸਾ ਦੀਆਂ ਸਰ ਜੇ ਮਸਲਾ ਹੱਲ ਕਰਨਾ ਤਾਂ ਸਾਡੇ ਤਦ ਮੈਂ ਤਾਂ ਕਦੇ ਢੱਡੀਆਂ ਵਾਲੇ ਨੂੰ ਇੱਕ ਵਾਰੀ ਮਿਲਿਆ ਦੂਸਰੇ ਪਾਸੇ ਜਿਹੜੇ ਹੈਗੇ ਬਖੇੜਾ ਜ਼ਿਆਦਾ ਪੈ ਰਿਹਾ ਮੈਂ ਖੁਦ ਇੱਕ ਦੋ ਵਾਰੀ ਉਹਨਾਂ ਨੂੰ ਜਾ ਕੇ ਮਿਲਿਆ ਔਰ ਉਹਨਾਂ ਜਿਹੜੀਆਂ ਸਾਨੂੰ ਵੀ ਕੋਈ ਗੱਲਾਂ ਗਲਤ ਲੱਗ ਰਹੀਆਂ ਸੀ ਉਹਨਾਂ ਨੂੰ ਵੀ ਅਸੀਂ ਕਹੀ ਕਿ ਇਹ ਗੱਲ ਇੰਜ ਨਹੀਂ ਹੋਣੀ ਚਾਹੀਦੀ ਪਰ ਜਦੋਂ ਉਹਨਾਂ ਦੀ ਗੱਲ ਸੁਣਦੇ ਆ ਤੇ ਤੁਹਾਨੂੰ ਲੱਗਦਾ ਕਿ ਕਿਤੇ ਨਾ ਕਿਤੇ ਬੇਵਿਸ਼ਵਾਸੀ ਬਹੁਤ ਪੈਦਾ ਹੋਈ ਹੈ ਪਹਿਲਾਂ ਸਭ ਤੋਂ ਵਿਸ਼ਵਾਸ ਪੈਦਾ ਕੀਤਾ ਜਾਏ ਫਿਰ ਡਾਇਲੋਗ ਹੋਊਗਾ ਚਲੋ ਬਹੁਤ ਬਹੁਤ ਧੰਨਵਾਦ ਵਿਸ਼ਵਾਸ ਹੀ ਨਹੀਂ ਤੇ ਡਾਇਲੋਗ ਨਹੀਂ ਹੋ ਸਕਦਾ ਬਹੁਤ ਧੰਨਵਾਦ ਪ੍ਰਸਮਜੀਤ ਸਿੰਘ ਤੁਹਾਡਾ ਗੁਰਚੰਦ ਸਿੰਘ ਗਰੇਵਾਲ ਤੁਹਾਡਾ ਬਹੁਤ ਧੰਨਵਾਦ ਗੁਰਤੇਜ ਸਿੰਘ ਜੀ ਤੁਹਾਡਾ ਬਹੁਤ ਧੰਨਵਾਦ ਵਿਸ਼ਵਾਸ ਪੈਦਾ ਕਰਨਾ ਬਹੁਤ ਜ਼ਰੂਰੀ ਹੈ ਜਦੋਂ ਕੋਈ ਵਿਸ਼ਵਾਸ ਨਹੀਂ ਹੋਵੇਗਾ ਬੇਵਿਸ਼ਵਾਸੀ ਹੋਵੇਗੀ ਤਾਂ ਪਾੜਾ ਵਧੇਗਾ ਤੇ ਜੇ ਕੌਮ ਨੂੰ ਇੱਕਜੁੱਟ ਰੱਖਣਾ ਹੈਗਾ ਤਾਂ ਇਹ ਪਾੜਾ ਘਟਾਉਣਾ ਪਵੇਗਾ ਇਸ ਦੇ ਲਈ ਸਿਰ ਜੋੜ ਕੇ ਬੈਠਣਾ ਪਵੇਗਾ ਜੇ ਵਖਰੇਵਾਂ ਐਂ ਵੱਧਦਾ ਗਿਆ ਸਖ਼ਤ ਚੇਤਾਵਨੀਆਂ ਦਿੱਤੀਆਂ ਗਈਆਂ ਜੇ ਮਾਫੀ ਵਾਲੀ ਜਿਹੜੀ ਹੈ ਮਾਫੀ ਵਾਲਾ ਆਦੇਸ਼ ਹੈ ਜਿਹੜਾ ਉਹ ਲਾਗੂ ਕਰਵਾਉਣ ਦੇ ਲਈ ਅੱਗੇ ਵਧਿਆ ਗਿਆ ਤਾਂ ਇਹ ਟਕਰਾਅ ਹੋਰ ਵੱਧ ਸਕਦਾ ਪਰ ਇਸ ਵੇਲੇ ਕੁੱਲ ਮਿਲਾ ਕੇ 13 ਸਾਰੀਆਂ ਦੁਬਧਾ ਵਿੱਚ ਹੈ ਇਹ ਪੈਨਲ ਹੈ ਇਸ ਨਿਚੋੜ 'ਤੇ ਪਹੁੰਚਿਆ ਅਤੇ ਅੱਗੇ ਕੀ ਹੋਵੇਗਾ ਉਸ 'ਤੇ ਸਾਡੀ ਨਜ਼ਰ ਆਵੇਗੀ ਬਹੁਤ ਧੰਨਵਾਦ